ਸਭ ਸੇਕਾ ਨੂੰ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ న్యూਸ 18 ਪੰਜਾਬ ਦੇ ਉੱਤੇ ਅਸੀਂ ਲਗਾਤਾਰ ਪਲ-ਪਲ ਦੀ ਅਪਡੇਟ ਪੰਜਾਬ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਦੇ ਰਹੇ ਹਾਂ ਪਿਛਲੇ 24 ਘੰਟਿਆਂ ਦੀ ਅਪਡੇਟ ਦਾ ਜ਼ਿਕਰ ਕਰਾਂ ਤਾਂ 골ਡੀ ਬਰਾਡ ਨੂੰ ਲੈ ਕੇ ਇੱਕ ਵੱਡਾ ਅਪਡੇਟ ਆਇਆ ਕਿ ਉਸ ਨੂੰ ਡਿਟੇਨ ਕਰ ਲਿਆ ਗਿਆ ਹੈ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਘਟਨਾਵਾਂ ਕਰਮ ਵਾਪਰ ਰਹੇ ਨੇ ਚਾਹੇ ਉਹ ਏਜੰਸੀਆਂ ਮੁਸਤੈਦੀ ਦਾ ਜ਼ਿਕਰ ਕਰ ਰਹੀਆਂ ਹੋਣ ਸਟੇਟ ਦੀ ਹੋਵੇ ਜਾਂ ਸੈਂਟਰ ਦੀ ਅਸੀਂ ਹਰ ਕਿਸ ਦੀ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਗੱਲਬਾਤ ਇਸ ਪੂਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਆਖਿਰ ਜੋ ਕੁਝ ਹੋ ਰਿਹਾ ਹੈ ਉਸ ਨੂੰ ਕਿਹੜੀ ਅੱਖ ਦੇ ਨਾਲ ਦੇਖਿਆ ਜਾਵੇ ਕਿ ਬਿਲਕੁਲ ਜੋ ਸਾਹਮਣੇ ਨਜ਼ਰ ਆ ਰਿਹਾ ਹੈ ਸਭ ਕੁਝ ਉਸ ਤਰੀਕੇ ਦਾ ਹੀ ਹੈ ਜਾਂ ਪਰਦੇ ਦੇ ਪਿੱਛੇ ਦੀ ਕਹਾਣੀ ਕੁਝ ਵੱਖਰੀ ਹੈ ਸਾਡੇ ਨਾਲ ਬਹੁਤ ਖਾਸ ਮਹਿਮਾਨ ਸੱਜਣ ਨਾਲ ਜੁੜ ਰਹੇ ਨੇ ਸਟੂਡੀਓ ਦੇ ਵਿੱਚ ਮੌਜੂਦ ਨੇ ਐਮ ਐਸ ਬਿੱਟਾ ਜੀ ਨੇ 올 ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਮੁਖੀ ਨੇ ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 8 ਇਨ ਪੰਜਾਬ ਦੇ ਉੱਤੇ ਵੰਦੇ ਮਾਰਦ ਸਰ ਮੈਂ ਸ਼ੁਰੂਆਤ ਇੱਥੋਂ ਕਰਦਾ ਹਾਂ ਕਿਉਂਕਿ ਮੈਂ ਗੋਲਡੀ ਬਰਾੜ ਦਾ ਜ਼ਿਕਰ ਕੀਤਾ ਮੈਂ ਇੱਥੋਂ ਹੀ ਸਟਾਰਟ ਕਰੂੰਗਾ ਗੋਲਡੀ ਬਰਾੜ ਤਾਂ ਲੱਗਦਾ ਇੱਕ ਬਹੁਤ ਵੱਡੀ ਕਾਮਯਾਬੀ ਮਿਲ ਚੁੱਕੀ ਹੈ ਪੰਜਾਬ ਦੀਆਂ ਏਜੰਸੀਆਂ ਜਾਂ ਦੇਸ਼ ਦੀਆਂ ਏਜੰਸੀਆਂ ਨੂੰ ਬੇਸ਼ੱਕ ਅਮਰੀਕਨ ਪੁਲਿਸ ਜਾਂ ਏਜੰਸੀਆਂ ਨੇ ਉਸਨੂੰ ਡਿਟੇਨ ਕੀਤਾ ਹੈ ਸ਼ਾਇਦ ਕੈਨੇਡਾ ਤੋਂ ਉਹਨੂੰ ਲਿਆਉਣਾ ਬੜਾ ਮੁਸ਼ਕਲ ਸੀ ਜੀ ਅਮਰੀਕਾ ਤੋਂ ਲਿਆਉਣਾ ਬੜਾ ਆਸਾਨ ਹੈ ਹੂੰ ਕਿਉਂਕਿ ਉੱਥੋਂ ਦੇ ਕਾਨੂੰਨ ਤੇ ਕੈਨੇਡਾ ਦੇ ਕਾਨੂੰਨ 'ਚ ਬਹੁਤ ਵੱਡਾ ਫਰਕ ਹੈ ਇਹ ਥੋੜੀ ਵੱਡੀ ਕਾਮਯਾਬੀ ਨਹੀਂ ਬਹੁਤ ਵੱਡੀ ਕਾਮਯਾਬੀ ਹੈ ਹੂੰ ਇੱਕ ਮਲੇਸ਼ੀਆ ਤੋਂ ਵੀ ਟੈਰਰਿਸਟ ਨੂੰ ਫੜਿਆ ਗਿਆ ਜਿਹੜਾ ਲੁਧਿਆਣਾ ਬੰਬ ਲਾਸਤੇ ਵਿੱਚ ਸੀਗਾ ਇਹ ਨਾਲ ਸਭ ਤੋਂ ਵੱਡਾ ਪੰਜਾਬ ਨੂੰ ਇਹ ਰਾਹਤ ਮਿਲੇਗੀ ਜਾਂ ਪੂਰੇ ਦੇਸ਼ 'ਚ ਇਹ ਰਾਹਤ ਮਿਲੇਗੀ ਜਿਹੜਾ ਗੈਂਗਸਟਰ ਟੈਰਰਿਜ਼ਮ ਹੂੰ ਨਾਰਕੋ ਟੈਰਰਿਜ਼ਮ ਦੇ ਤਿੰਨ ਨੈਟਵਰਕ ਸੀ ਥਰੂ ਆਈਐਸਆਈ ਹੂੰ ਇਹ ਪੂਰੇ ਦੇਸ਼ ਦੇ ਵਿੱਚ ਜਾਲ ਫੈਲਦਾ ਜਾ ਰਿਹਾ ਸੀ ਹੂੰ ਸਭ ਤੋਂ ਵੱਡੀ ਰਾਹਤ ਸਾਨੂੰ ਪੰਜਾਬ ਨੂੰ ਮਿਲੇਗੀ ਹੁਣ ਜਿਹੜੇ ਪੁਰਾਣੇ ਹੋਰ ਨੇ ਗੈਂਗਸਟਰ ਹੋਰ ਨੇ ਟਰੋਰਰ ਹੋਰ ਨੇ ਨਰ ਨਾਰਕੋ টেরਰਿਜ਼ਮ ਫੈਲਾਉਣ ਵਾਲੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਬਾਹਰੋਂ ਚੁੱਕ ਕੇ ਲਿਆਉਣਗੇ ਇਹ ਬਹੁਤ ਵੱਡੀ ਕਾਮਯਾਬੀ ਹੈ ਔਰ ਸੈਂਟਰ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਪੁਲਿਸ ਮੈਂ ਕਹਿ ਸਕਦਾ ਇਹਨਾਂ ਨੇ ਮਿਲ ਕੇ ਆਪਰੇਸ਼ਨ ਕੀਤਾ ਹੋਵੇਗਾ ਇਹ ਬਹੁਤ ਵੱਡੀ ਕਾਮਯਾਬੀ ਨਹੀਂ ਗੋਲਡੀ ਬਰਾੜ ਤੱਕ ਸੀਮਿਤ ਹੈ ਜ ਤੁਹਾਨੂੰ ਲੱਗਦਾ ਉਹਦੇ ਪਿੱਛੇ ਵੀ ਕਹਾਣੀ ਕੁਝ ਵੱਖਰੀ ਹੋ ਸਕਦੀ ਹੈ ਮਤਲਬ ਐਵੇਂ ਸਾਹਮਣੇ ਤੋਂ ਨਜ਼ਰ ਆ ਰਿਹਾ ਕਿ ਬਸ ਗੋਲਡੀ ਬਰਾੜ ਹੀ ਮਾਸਟਰਮਾਈਂਡ ਸੀ ਉਹਨੂੰ ਕਾਬੂ ਕਰ ਲਿਆ ਕਹਾਣੀ ਖਤਮ ਨਹੀਂ ਦੇਖੋ ਬਿਸ਼ਨੋਈ ਬਿਛ ਨਈ ਤੋਂ ਬਾਤ ਗੋਲਡੀ ਬਰਾੜ ਜਿਹੋ ਜੇ ਕਈ ਗੋਲਡੀ ਬਰਾੜ ਹੋਣਗੇ ਕਈ ਬਿਛ ਨਈ ਹੋਣਗੇ ਕੋ ਪਾਕਿਸਤਾਨ 'ਚ ਬੈਠਾ ਹੋ ਗਿਆ ਰਿੰਦਾ ਰਿੰਦਾ ਤੇ ਗੋਲਡੀ ਬਰਾੜ ਦਾ ਬੜਾ ਲਿੰਕ ਸੀ ਉਹ ਰਿੰਦਾ ਨੂੰ ਕਹਿੰਦੇ ਜੀ ਅਤੰਕਵਾਦੀ ਐਕਚੁਅਲੀ ਇਹ ਅਤੰਕਵਾਦੀ ਨਹੀਂ ਹੈ ਇਹ ਟੋਟਲ ਇਹਦੇ ਪਿੱਛੇ ਆਈਐਸਆਈ ਹੈ ਇਹਦੇ ਪਿੱਛੇ ਪਾਕਿਸਤਾਨ ਦੀਆਂ ਏਜੰਸੀਆਂ ਨੇ ਇਹ ਇੱਕ ਮੋਹਰਾ ਨੇ ਹੁਣ ਅਸੀਂ ਵੀ ਕਹਿੰਦੇ ਬਬਰ ਖਾਲਸਾ ਨੇ ਆ ਹਮਲਾ ਕਰਤਾ ਖਾਲਸਾਣ ਕਮਾਂਡੋ ਫੋਰਸ ਨੇ ਹਮਲਾ ਕਰਤਾ ਮੈਂ ਹੈਰਾਨ ਆ ਇੰਨੇ ਸਾਲਾਂ ਦੇ ਵਿੱਚ 25 30 ਸਾਲਾਂ ਦੇ ਅੰਦਰ ਅਸੀਂ ਨਾ ਬਬਰ ਖਾਲਸਾ ਨੂੰ ਸਮਝ ਪਾਏ ਨਾ ਅਸੀਂ ਖਾਲਸਤਾਨ ਲਿਬ੍ਰੇਸ਼ਨ ਫੋਰ ਕਿੰਨਿਆਂ ਨੇ ਕਮਾਂਡ ਫੋਰਸ ਨੂੰ ਸਮਝ ਪਾਏ ਐਕਚੁਅਲੀ ਇਹਨਾਂ ਦੇ ਪਿੱਛੇ ਆਈਐਸਆਈ ਇਹਨਾਂ ਦੇ ਪਿੱਛੇ ਪਾਕਿਸਤਾਨ ਹੈ ਇਹ ਤਾਂ ਕਿਚਰੇ ਨੇ ਇਹ ਤਾਂ ਪਾਕਿਸਤਾਨ ਦੇ ਗੁਲਾਮ ਨੇ ਜੇ ਬੱਬਰ ਖਾਲਸਾ ਆਪਾਂ ਕਹਿੰਦੇ ਆ ਇਹ ਕਹਿੰਦੇ ਆ ਪੰਜਾਬ ਦੇ ਕਿਹੜੇ ਸਾਡੇ ਨਵਾਂ ਯੂਥ ਹੈ ਖਾਲਸਾਣ ਜੀ ਇਹ ਤਾਂ ਬੱਬਰ ਖਾਲਸਾ ਇਹ ਤਾਂ ਜੋ ਕਹਿੰਦੇ ਨੇ ਕਰ ਦਿੰਦੇ ਨੇ ਉਹਨਾਂ ਨੂੰ ਇੱਕੋ ਗੱਲ ਮੈਂ ਕਹਿਣਾ ਚਾਹੁੰਦਾ ਇੱਕੋ ਗੱਲ ਪੁੱਛਣਾ ਚਾਹੁੰਦਾ ਬੱਬਰ ਖਾਲਸਾ ਨੂੰ ਵੀ ਪੁੱਛਣਾ ਚਾਹੁੰਦਾ ਰਿੰਡਾ ਨੂੰ ਵੀ ਪੁੱਛਣਾ ਚਾਹੁੰਦਾ ਪੰਜਵੜ ਜਫਰ ਵੜੇ ਜਿਹੜਾ ਹੋਰ ਆਤਵਾਦੀ ਨੇ ਵਧਾਵਾ ਸਿੰਘ ਬੱਬਰ ਉਹਨਾਂ ਨੂੰ ਪੁੱਛਣਾ ਚਾਹੁੰਦਾ ਜੇ ਤੁਹਾਡੇ ਅੰਦਰ ਇੰਨੀ ਸਿੱਖੀ ਪ੍ਰਫੁੱਲਤ ਹੈ ਤੁਸੀਂ ਇਹ ਕਿਨੇ ਸਭ ਤੋਂ ਸੱਚਾ ਸਿੱਖਾ ਤੇ ਤੁਸੀਂ ਮਹਾਰਾ ਰਣਜੀਤ ਸਿੰਘ ਦੇ ਸਟੈਚੂ ਨੂੰ ਟੁੱਟਦੇ ਹੋਏ ਕਿਉਂ ਦੇਖਿਆ ਤੁਸੀਂ ਗਰੰਥੀ ਸਾਹਿਬ ਦੀ ਬੇਟੀ ਦਾ ਅਪਮਾਨ ਕਿਉਂ ਦੇਖਿਆ ਤੁਸੀਂ ਉੱਥੇ ਫਿਲਮ ਇੰਡਸਟਰੀ ਦੇ ਲੋਕ ਪੰਜਾ ਸਭ ਚਲੇ ਗਏ ਤੁਸੀਂ ਕਿਉਂ ਬਰਦਾਸ਼ਤ ਕੀਤਾ ਜੁੱਤੇਆਂ ਸਮੇਤ ਤੁਸੀਂ ਕਾਬਲ ਕੰਧਾਰ ਦੀਆਂ ਘਟਨਾਵਾਂ ਨੂੰ ਕਿਉਂ ਬਰਦਾਸ਼ਤ ਕੀਤਾ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ 35 ਦਿਨਾਂ ਨੇ 35 ਲੋਕਾਂ ਨੂੰ ਇੱਕ ਦਿਨ 'ਚ ਸ਼ਹੀਦ ਕਰ ਦਿੱਤਾ ਗਿਆ ਤੁਸੀਂ ਕਿੱਦਾਂ ਬਰਦਾਸ਼ਤ ਕੀਤਾ ਤੁਸੀਂ ਤਾਂ ਖਾਲਸ ਹੈ ਹੀ ਨਹੀਂ ਤੁਹਾਡੇ ਉੱਤੇ ਤਾਂ ਪੱਗਾਂ ਨੇ ਸਿਰ ਤੇ ਤੇ ਅੰਦਰੋਂ ਤੁਸੀਂ ਪਾਕਿਸਤਾਨ ਦੇ ਏਜੰਟੋਂ ਤੁਸੀਂ ਤਾਂ ਸਰਦਾਰ ਰਹਿ ਹੀ ਨਹੀਂ ਤੁਸੀਂ ਪਾਕਿਸਤਾਨ 'ਚ ਬੈਠ ਕੇ ਜਿਹੜਾ ਪਾਕਿਸਤਾਨ ਥਰੂ ਕੈਨੇਡਾ 골ਡੀ ਬਰਾਡ ਹੋਰ ਇਹਨਾਂ ਨੂੰ ਤੁਸੀਂ ਸ਼ਾਮਲ ਕਰਕੇ ਫੰਡਿੰਗ ਸਾਰੀ ਪਾਕਿਸਤਾਨ ਤੋਂ ਲੈ ਕੇ ਤੁਸੀਂ ਤਾਂ ਪੰਜਾਬ ਦੀ ਯੂਥ ਨੂੰ ਬਰਬਾਦ ਕਰ ਰਹੇ ਹੋ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਨਿਛੇੜੀ ਬਣਾ ਰਹੇ ਹੋ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਬੰਦੂਕਾਂ ਫੜਾਉਣ ਦੀ ਕੋਸ਼ਿਸ਼ ਕਰ ਰਹੇ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਇੱਥੋਂ ਮਾਵਾਂ ਦੇ ਲਾਲਾਂ ਨੂੰ ਵਿਦੇਸ਼ਾਂ ਦੇ ਵਿੱਚ ੱੱਕੇ ਖਾਣ ਲਈ ਆਪਣੀ ਪੰਜਾਬ ਦੀ ਧਰਤੀ ਨੂੰ ਤੁਸੀਂ ਬਰਬਾਦ ਕਰ ਲਈ ਉਹਨਾਂ ਨੂੰ ਭੇਜ ਰਹੇ ਤੁਸੀਂ ਤਾਂ ਪੰਜਾਬ ਦੇ ਹਮੈਤੀ ਨਹੀਂ ਤੁਸੀਂ ਤਾਂ ਬੱਬਰ ਖਾਲਸਾ ਹੈ ਹੀ ਨਹੀਂ ਤੁਸੀਂ ਤਾਂ ਖਾਲਸਾ ਹੈ ਹੀ ਨਹੀਂ ਤੁਸੀਂ ਤਾਂ ਪਾਕਿਸਤਾਨ ਦੇ ਚਾਰ ਪੈਸਿਆਂ ਦੇ ਚੱਲਣ ਵਾਲੇ ਤੁਸੀਂ ਪੰਜਾਬ ਦੇ ਗਦਾਰ ਤੁਸੀਂ ਭਾਰਤ ਮਾਂ ਦੇ ਗਦਾਰ ਹੋ ਆਹ ਲੱਗਦਾ ਕਿ ਉਹ ਫੰਡਿੰਗ ਦੇ ਵਿੱਚ ਫਸ ਗਏ ਦੇਖੋ ਜੀ ਗੱਲ ਇਹ ਵੀ ਇੱਥੋਂ ਪਕੌੜੇ ਹੋ ਕੇ ਗਏ ਹੁਣ ਆਈਐਸਆਈ ਦੇ ਚੋਕੇ ਕੇ ਫਸ ਗਏ ਨਾ ਹੁਣ ਨਿਕਲਣ ਜੋਗੇ ਨਾ ਉਹ ਕਰਨ ਜੋਗੇ ਇਹੀ ਪਹਿਲੇ ਪਰਮਜੀਤ ਸਿੰਘ ਪੰਜਵੜਗੇ ਰਗੇ ਸੀ ਉਹ ਬਾਅਦ ਤੇ ਚਲੋ ਕੈਨੇਡਾ ਅਮਰੀਕਾ ਕਿਤੇ ਚਲੇ ਚੁਲੇ ਗਏ ਉਹ ਉਹਨਾਂ ਚ ਫਸ ਕੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਸਾਨੂੰ ਪੰਜਾਬ ਦੇ ਖਾਲਿਸਤਾਨ ਦੇ ਨਾਰੇ ਲਾਉਣ ਵਾਲਿਆਂ ਨੂੰ ਜਿਹੜੇ ਧਰਮ ਦੀ ਰਾਜਨੀਤੀ ਕਰਦੇ ਨੇ ਗਰਮ ਰਾਜਨੀਤੀ ਕਰਦੇ ਉਹਨਾਂ ਨੂੰ ਸਮਝਣਾ ਪਏਗਾ ਪਹਿਲੋ ਕਲੀਅਰ ਕਰਨ ਕਿ ਇਹ ਬਬਰ ਖਾਲਸਾ ਕੌਣ ਹੈ ਉਹਨਾਂ ਨੂੰ ਕਲੀਅਰ ਕਰਦਾ ਜੇ ਖਾਲਿਸਤਾਨ ਕਮਾਂਡੋ ਫੋਰਸ ਹੈ ਇਹ ਨਾ ਕੋ ਖਾਲਿਸਤਾਨ ਕਮਾਂਡੋ ਫੋਰਸ ਹੈ ਨਾ ਬਬਰ ਖਾਲਸਾ ਹੈ ਇਹ ਚੀਜ਼ਾਂ ਦਾ ਅਸੀਂ ਪੱਟੀਆਂ 30 ਸਾਲਾਂ ਚ ਕਵਰ ਹੀ ਨਹੀਂ ਕਰ पाए ਲੋਕਾਂ ਨੂੰ ਦੱਸ ਹੀ ਨਹੀਂ पाए ਇਹਦੇ ਪਿੱਛੇ ਸਾਡਾ ਦੁਸ਼ਮਣ ਪਾਕਿਸਤਾਨ ਹੈ ਜਿਹੜਾ ਸਾਡੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਹੈ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਦਾ ਤੁਸੀਂ ਬੱਬਰ ਖਾਲਸਾ ਦੇ ਨਾਲ ਜੁੜੇ ਲੋਕਾਂ ਦਾ ਜ਼ਿਕਰ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਖਾਲਿਸਤਾਨ ਦਾ ਅਸਲ ਮਤਲਬ ਨਹੀਂ ਪਤਾ ਕਿ ਨਹੀਂ ਖਾਲਿਸਤਾਨ ਜਾਂ ਯੂਥ ਨੂੰ ਦੱਸ ਨਹੀਂ ਸਕੇ ਕਿ ਇਸ ਕਰਕੇ ਇਹ ਇਹ ਕੋਈ ਤੁੱਕ ਨਹੀਂ ਹੈ ਜੇ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਕਹਣ ਜਾਂ ਫਿਰ ਕਮਾਂਡੋ ਫੋਰਸ ਕਹਣ ਜਾਂ ਬੱਬਰ ਖਾਲਸਾ ਦਾ ਜ਼ਿਕਰ ਕਰਨ ਤਾਂ ਕੋਈ ਉਸ ਦਾ ਵਜੂਦ ਤੁਹਾਨੂੰ ਨਜ਼ਰ ਨਹੀਂ ਆਉਂਦਾ ਮੈਂ ਕਹਿੰਦਾ ਖਾਲਿਸਤਾਨ ਦੀ ਗੱਲ ਕਰ ਰਹੇ ਹਾਂ ਹੂੰ ਇਹ ਛੜਦਾ ਪੰਜਾਬ ਹੈ ਇਹ ਚੜਦਾ ਪੰਜਾਬ ਸਾਡਾ ਉਹ ਲਹਿੰਦਾ ਪੰਜਾਬ ਲਾਹੌਰ ਆਓ ਮੈਂ ਤੁਹਾਡੀ ਮੂਵਮੈਂਟ ਕਿ ਸ਼ਾਮਲ ਹੋਣਾ ਆਓ ਲਹਿੰਦੇ ਪੰਜਾਬ ਵੱਲ ਚਲੀਏ ਆਓ ਸਾਰੇ ਨੂੰ ਖਾਰਿਸ਼ ਕਰੀਏ ਅਸੀਂ ਪੰਜਾਬ ਨੂੰ ਵੱਡਾ ਕਰੀਏ ਕਰੋਨਾ ਵੱਡੀ ਗੱਲ ਕਹਿ ਰਹੇ ਨਹੀਂ ਬੜੀ ਵੱਡੀ ਕੀ ਗੱਲ ਕਰ ਰਹੇ ਤੁਸੀਂ ਕਹਿ ਰਹੇ ਚੜਦਾ ਪੰਜਾਬ ਤੇ ਲਹਿੰਦਾ ਪੰਜਾਬ ਇਕੱਠਾ ਕਰਕੇ ਖਾਲਿਸਤਾਨ ਬਣਾਓ ਨਹੀਂ ਮੈਂ ਨਹੀਂ ਕਹਿਣਾ ਖਾਲਿਸਤਾਨ ਬਣਾਓ ਮੈਂ ਇਹ ਕਹਿਣਾ ਚਾਹਣਾ ਇਹਨੂੰ ਖਾਲਸ ਪੰਜਾਬ ਨੂੰ ਹੋਰ ਵੱਡਾ ਕਰ ਦਿਓ ਪੰਜਾਬ ਦੇਖੋ ਪੰਜਾਬ ਦਾ ਹਿੱਸਾ ਇਸ ਹਿੰਦੁਸਤਾਨ ਨਾਲ ਨਾ ਟੁੱਟੇ ਅਸੀਂ ਨਾ ਟੁੱਟ ਸਕਦੇ ਤੁਸੀਂ ਗੱਲਾਂ ਕਰਦੇ ਹੋ ਨਾ ਪੰਜਾਬ ਦੀ ਇੰਨਾ ਜਿਹਾ ਪੰਜਾਬ ਹਰਿਆਣਾ ਤਾਂ ਸਾਥੋਂ ਚਲਾ ਗਿਆ ਗੰਗਾ ਨਗਰ ਸਾਤੋਂ ਚਲਾ ਗਿਆ ਹਿਮਾਚਲ ਸਾਤੋਂ ਚਲਾ ਗਿਆ ਹਰਿਆਣਾ ਸਾਤੋਂ ਚਲਾ ਗਿਆ ਦਿੱਲੀ ਸਾਤੋਂ ਚਲਾ ਗਿਆ ਜੰਮੂ ਦਾ ਹਿੱਸਾ ਕੋ ਸਾਤੋਂ ਚਲਾ ਗਿਆ ਸਾਡਾ ਇਨਾ ਜਿਆ ਪੰਜਾਬ ਕਾਬਲ ਕੰਦਾਰ ਤੱਕ ਪੰਜਾਬ ਲਾਹੌਰ ਪੰਜਾਬ ਇਨਾ ਜਿਆ ਪੰਜਾਬ ਰਹਿ ਗਿਆ ਤੇ ਦੂਜੇ ਸਾਡੀਆਂ ਸਟੇਟਾਂ ਕਿੰਨੀਆਂ ਤਰੱਕੀਆਂ ਕਰ ਜਿਹੜੇ ਤਰਗਦੰਨੇ ਬਿੱਟਾ ਸਾਹਿਬ ਉਹ ਕਹਿੰਦੇ ਨੇ ਕਿ ਇਹੀ ਤਾਂ ਪ੍ਰੋਬਲਮ ਹੈ ਕਿ ਵੰਡ ਕੇ ਛੋਟਾ ਕਰਦੇ 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 ਪੰਜਾਬ ਨੂੰ ਇਨਾ ਜਿਆ ਕਰ ਦਿੱਤਾ ਕਿ ਇਨਾ ਵੱਡਾ ਪੰਜਾਬ ਸੀ ਕਹਿੰਦੇ ਸਾਡੀ ਲੜਾਈ ਇਹੀ ਹੈ ਕੁਕਲਾ ਸਾਹਿਬ ਮੈਂ ਤੁਹਾਨੂੰ ਦੱਸਣਾ ਛੋਟਾ ਕੋਈ ਸਰਕਾਰਾਂ ਨੇ ਕੀਤਾ ਪੰਜਾਬੀ ਸ਼ੂਬਾ ਦਾ ਮੋਰਚਾ ਕਿੰਨੇ ਲਾਇਆ ਸੀ ਪੰਜਾਬੀ ਸ਼ੂਬਾ ਦਾ ਮੋਰਚਾ ਤਾਂ ਅਕਾਲੀ ਦਲ ਨੇ ਲਾਇਆ ਸੀ ਉਹਦੇ ਲਈ ਕੁਰਬਾਨੀ ਕਿੰਨੇ ਦਿੱਤੀ ਸੀ ਜਥੇ ਦਾ ਫੇਰੂਮਾਨ ਸਾਹਿਬ ਨੇ ਕੁਰਬਾਨੀ ਦਰਸ਼ਨ ਸਿੰਘ ਫੇਰੂਮਾਨ ਉਹ ਇੱਕ ਯੋਧਾ ਸੀ ਅੱਜ ਕਿਤੇ ਨਾ ਹੈ ਉਹਦਾ ਯੋਧਾ ਸੀ ਮਰਨ ਵਰਤੇ ਬੈਠੇ ਪਤਾ ਨਹੀਂ ਸਮਾਦੀ ਤੇ ਵੀ ਉਹਨਾਂ ਦੇ ਕੋਈ ਜਾਂਦਾ ਕਿ ਮਰਨ ਵਰਤੇ ਤੇ ਬੈਠੇ ਤੇ ਦੁਨੀਆ ਤੋਂ ਚਲੇ ਗਏ ਪੰਜਾਬੀ ਸ਼ੂਬਾ ਪੰਜਾਬੀ ਸ਼ੂਬਾ ਬਣਨਾ ਚਾਹੀਦਾ ਉਹਨਾਂ ਨੇ ਕਹਿਤਾ ਬਣਾ ਤਾਂ ਪੰਜਾਬੀ ਸ਼ੂਬਾ ਪਰ ਪੰਜਾਬੀ ਸ਼ੂਬੇ ਤੋਂ ਸਾਨੂੰ ਕੀ ਮਿਲਿਆ ਚੰਡੀਗੜ੍ਹ ਸਾਡੇ ਕੋਲ ਰਿਹਾ ਜਾਤੇ ਪੰਜਾਬੀ ਸੂਬਾ ਬਣਾ ਕੇ ਪੰਜਾਬ ਹਰਿਆਣਾ ਤੋਂ ਵੀ ਅੱਗੇ ਤਰੱਕੀ ਕਰਦਾ ਹਰਿਆਣਾ ਸਾਡਾ ਛੋਟਾ ਭਰਾ ਸੀ ਅੱਜ ਉਹ ਵੱਡਾ ਭਰਾ ਬਣ ਗਿਆ ਅਸੀਂ ਛੋਟੇ ਬਣ ਗਏ ਆ ਪੰਜਾਬੀ ਸੂਬਾ ਲਿਆ ਕਾ ਸੈਂਟਰ ਗਵਰਨਮੈਂਟ ਨੇ ਪੰਜਾਬੀ ਸੂਬਾ ਦਿੱਤਾ ਨਹੀਂ ਕਿਉਂ ਪੰਜਾਬ ਕਿਉਂ ਨਹੀਂ ਤਰੱਕੀ ਕਰ ਸਕਿਆ ਤੁਹਾਨੂੰ ਲੱਗਦਾ ਕਿ ਹਰਿਆਣਾ ਦੇ ਕੰਪੇਅਰ ਕਿਉਂ ਪੰਜਾਬ ਤੁਹਾਨੂੰ ਲੱਗਦਾ ਕਿ ਤਰੱਕੀ ਨਹੀਂ ਕਰ ਸਕਿਆ ਨਹੀਂ ਲੱਗਦਾ ਨਹੀਂ ਆਪਾਂ ਇਹਦੀ ਗੱਲ ਕਰਦੇ ਆ ਹਰਿਆਣਾ ਤੁਸੀਂ ਗੁੜਗਾਉਂ ਚਲੇ ਜਾਓ ਅੱਛਾ ਇਹ ਤਾਂ ਦਿੱਲੀ ਐਨਸੀਆਰ ਆ ਗਿਆ ਨਹੀਂ ਜੋ ਦਿੱਲੀ ਐਨਸੀਆਰ ਆਇਆ ਕੁਝ ਵੀ ਆਇਆ ਤੁਸੀਂ ਰੋहतक ਚਲ ਜਾਓ ਉਹਨਾਂ ਦੀਆਂ ਥੜਕਾਂ ਦੇਖੋ ਉਹਨਾਂ ਦੇ ਆਫਿਸ ਦੇਖੋ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਦੇਖੋ ਸਾਡਾ ਦੇਖੋ ਅਸੀਂ ਕਿੱਥੇ ਚਲੇਗੇ ਨਹੀਂ ਤੁਹਾਨੂੰ ਲੱਗਦਾ ਕਿ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਬੱਬਰ ਖਾਲਸਾ ਦਾ ਜਾਂ ਖਾਲਿਸਤਾਨ ਲਿਬਰੇਸ਼ਨ ਦੇ ਨਾਲ ਜੁੜੇ ਹੋਏ ਇਹ ਵੱਡੀ ਵਜ੍ਹਾ ਨਹੀਂ ਪੰਜਾਬ ਦੀ ਤਰੱਕੀ ਦੇ ਰਾਹ ਦੇ ਵਿੱਚ ਰੋੜਾ ਨੇ ਦੇਖੋ ਜੀ ਅਸੀਂ ਇਹ ਚੀਜ਼ਾਂ ਕਰਨ ਲੱਗਿਆਂ ਸੋਚਿਆ ਨਹੀਂ ਉਸ ਵੇਲੇ ਪੋਲਿਟਿਕਲ ਪਾਰਟੀਆਂ ਨੇ ਪੰਜਾਬ ਦੇ ਸੂਬੇ ਨੂੰ ਕਿ ਪਾਕਿਸਤਾਨ ਸਾਡਾ ਦੁਸ਼ਮਣ ਹੈ ਜੀ ਪਾਕਿਸਤਾਨ ਕਦੀ ਪੰਜਾਬ ਨੂੰ ਕਿਸੇ ਵੇਲੇ ਵੀ ਸੌਫਟ ਟਾਰਗੇਟ ਕਰ ਸਕਦਾ ਹੈ ਹੁਣ ਜੰਮੂ ਕਸ਼ਮੀਰ ਹੈ ਜੰਮੂ ਕਸ਼ਮੀਰ ਦੇ ਵਿੱਚ ਜੋ ਉਹਨਾਂ ਨੇ ਨਰਿੰਦਰ ਮੋਦੀ ਆਏ ਅਮਿਤ ਸ਼ਾਹ ਆਏ ਅਜੀ ਦਵਾਲ ਆਏ ਆ ਤੁਸੀਂ ਜੰਮੂ ਕਸ਼ਮੀਰ ਦੀ ਹਾਲਤ ਦੱਸੋ ਕਿੰਨੀ ਵਧੀਆ ਹੈ ਹਾਂ ਕਿਤੇ ਕਿਤੇ ਵਾਰਦਾਤਾਂ ਹੁੰਦੀਆਂ ਨੇ ਟਾਰਗੇਟ ਕਰਦੇ ਨੇ ਕੱਲਾ ਬੰਦਾ ਜਾ ਰਿਹਾ ਗੋਲੀ ਮਾਰ ਕੇ ਨਿਊਜ਼ ਨੂੰ ਫਲਾਉਣ ਦੀ ਕੋਸ਼ਿਸ਼ ਕਰਦੇ ਦੁਨੀਆ ਵੀ ਹਾਲਾਤ ਠੀਕ ਨਹੀਂ ਹੁਣ ਉਹਨਾਂ ਨੂੰ ਠੀਕ ਹੋਣ ਤੋਂ ਬਾਅਦ ਪੰਜਾਬ ਇੱਕ ਸੌਫਟ ਟਾਰਗੇਟ ਪੰਜਾਬ ਮਿਲ ਗਿਆ ਹੈ ਕਾਰਨ ਪੰਜਾਬ ਦੇ ਪਕੌੜੇ ਇਰਿੰਦਾ ਰੁੰਦਾ ਵਰਗੇ ਬੱਬਰ ਖਾਲਸਾ ਸਾਰੇ ਉਹਨਾਂ ਦੇ ਕੋਲ ਨੇ ਸੰਪਰਕ ਤੇ ਨੇ ਬਾਰਡਰ ਏਰੀਆ 700 ਕਿਲੋਮੀਟਰ ਹੈ ਬੜਾ ਆਸਾਨ ਹੋ ਗਿਆ 2 ਸਾਲਾਂ ਦੇ ਵਿੱਚ ਅੱਜ ਵੀ ਮੈਂ ਤਸਵੀਰ ਦੇਖ ਰਿਹਾ ਸੀ ਰੋਜ਼ ਨਾਰਕੋ ਟੈਰਰਿਜ਼ਮ ਰੋਜ਼ AK-47 ਡੇਲੀ ਉੱਥੇ ਆ ਰਹੀਆਂ ਨੇ ਹਮ ਸਵਾਲ ਸਭ ਤੋਂ ਵੱਡਾ ਉਸ ਦਿਨ ਵੀ ਆਪਾਂ ਜ਼ਿਕਰ ਕਰ ਰਹੇ ਸੀ ਸਾਡਾ ਜਿਹੜਾ ਬਾਰਡਰ ਏਰੀਆ ਦੇ ਪਿੰਡ ਨੇ ਹਮ ਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਕਿ ਗਵਰਨਮੈਂਟ ਕੋ ਇਹੋ ਜਿਹੀ ਪਾਲਿਸੀ ਬਣਾਏਗੀ ਕਿ ਕੋਈ ਇਹੋ ਜਿਹਾ ਕੈਂਪ ਬਣਾਏਗੀ ਕੀ ਅਸੀਂ ਸੇ ਮਾਵਾਂ ਦੀ ਰੱਖਿਆ ਵੀ ਕਰੀਏ ਸਾਡੇ ਉੱਥੇ ਕਰਨੇ ਤੁਹਾਨੂੰ ਖੇਤਾ ਦਾ ਪਤਾ ਹੈ ਕਿਹੜਾ ਰੱਤਾ ਜਾਣਾ ਕਿਹੜਾ ਆਣਾ ਮੈਂ ਫਿਰ ਦਰਹਾਵਾਂਗਾ ਮੈਂ ਜਾਣਾ ਬੀਕਾਨੇਰ ਮੈਂ ਜਾਣਾ ਜੈਸ ਜੈਸਲਵੀਰ ਮੈਂ ਜਾਣਾ ਕੱਟ ਬਾਰਡਰਾਂ ਤੇ ਜਾਣਾ ਉੱਥੋਂ ਦੇ ਲੋਕ ਮੈਨੂੰ ਬੁਲਾਉਂਦੇ ਨੇ ਸੀਮਾ ਸੁਰੱਖਿਆ ਕਲਿਆਣ ਮੰਚ ਆਰਐਸਐਸ ਦਾ ਕੋਈ ਸੰਗਠਨ ਹੈ ਮੈਂ ਜਾਣਾ ਉੱਥੇ ਕਾਂਗਰਸ ਵੀ ਭਾਜਪਾ ਵੀ ਸੀਪੀਐਮ ਵੀ ਸੀਪੀਆਈ ਵੀ ਆਮ ਵੀ ਹਿੰਦੂ ਵੀ ਸਿੱਖ ਵੀ ਮੁਸਲਮਾਨ ਵੀ ਉੱਥੇ ਸੇ ਮਾਵਾਂ ਦੀ ਰੱਖਿਆ ਕਰਦਾ ਹੈ ਅਗਰ ਕੋਈ ਉੱਥੋਂ ਬੰਦਾ ਗਲਤ ਦੇਖ ਲਿਆ 2 ਮਿੰਟ ਤੇ ਆਗ ਵਾਂਗੂ ਫੈਲ ਜਾਂਦੀ ਹੈ ਮੁਣੀ ਦੱਸੋ ਪੰਜਾਬ ਕਿੱਥੇ ਦੱਸੋ ਕਿੱਥੇ ਆ ਪੰਜਾਬ ਹੂੰ ਤਾਂ ਲੱਗਦਾ ਕਿ ਇਹ ਚੀਜ਼ਾਂ ਨਹੀਂ ਪੰਜਾਬ ਦੇ ਵਿੱਚ ਔਰियां ਖਾਸ ਤੌਰ ਤੇ ਬਾਰਡਰ ਜ਼ਿਲ੍ਹਿਆਂ ਦੇ ਵਿੱਚ ਨਹੀਂ ਮੈਂ ਮੈਂ ਉਹ ਕਹਿੰਦਾ ਹਰ ਚੀਜ਼ ਅਸੀਂ ਪੁਲਿਸ ਨੂੰ ਹਰ ਚੀਜ਼ ਅਸੀਂ ਸਰਕਾਰਾਂ ਨੂੰ ਨਿੰਦਦੇ ਹਾਂ ਬੀਐਸਐਫ ਨੂੰ ਨਿੰਦਦੇ ਹਾਂ ਸਾਡੀ ਜ਼ਿੰਮੇਵਾਰੀ ਕੀ ਹੈ ਜੀ ਮੈਂ ਵੀ ਤਾਂ ਤੁਹਾਡੇ ਸਾਹਮਣੇ ਇੱਕ ਵਿਅਕਤੀ ਹਾਂ ਮੈਂ ਵੀ ਚੀਫ ਮਨਿਸਟਰ ਬਣ ਸਕਦਾ ਸੀ ਮੈਂ ਵੀ ਐਮਪੀ ਬਣ ਸਕਦਾ ਮੈਂ ਵੀ ਮੰਤਰੀ ਬਣ ਸਕਦਾ ਮੈਂ ਮੈਨੂੰ ਪਤਾ ਵੀ ਮੈਨੂੰ ਪੰਜਾਬ ਦੇ ਮੈਨੂੰ ਦੇਸ਼ ਦੇ ਲੋਕਾਂ ਨੇ ਜਿਸ ਤਰੀਕੇ ਨਾਲ ਮੰਨ ਲਿਆ ਮੈਂ ਜ਼ਿੰਮੇਵਾਰੀ ਨਿਭਾਉਣਾ ਮੈਂ ਪੂਰੇ ਦੇਸ਼ ਚ ਜਾਣਾ ਮੇਰਾ ਜਿਹੜਾ ਅਨੁਭਵ ਹੈ ਬਾਰਡਰ ਦਾ ਅਨੁਭਵ ਹੈ ਬੀਐਸਐਫ ਦੀ ਕੰਪਨੀਆਂ ਮੈਨੂੰ ਬੁਲਾਉਂਦੀਆਂ ਡੀਆਈਜੀ ਆਈਜੀ ਮੈਨੂੰ ਬੁਲਾਉਂਦੇ ਨੇ ਮੈਂ ਉਹਨਾਂ ਨੂੰ ਸਮੋਧਨ ਕਰਦਾ ਜਾ ਕੇ ਉਹਨਾਂ ਜੇ ਅਵੇਰਨੈਸ ਪੈਦਾ ਕਰਦਾ ਅਗਰ ਉੱਥੇ ਇਹ ਚੀਜ਼ ਹੈ ਸਾਡੇ ਪੰਜਾਬ ਦੇ ਅੰਦਰ ਤੁਸੀਂ ਮੈਨੂੰ ਚੀਜ਼ ਦੱਸ ਦਿਓ ਅਸੀਂ ਕਹਿੰਦੇ ਹਾਂ ਟੈਰਰਿਜ਼ਮ ਨੂੰ ਠੀਕ ਕਰਨਾ ਅਸੀਂ ਕਹਿੰਦੇ ਬਬਰ ਖਾਲਸਾ ਨੂੰ ਠੀਕ ਕਰਨਾ ਸਾਡੀ ਪਬਲਿਕ ਦੀ ਸਾਡੀ ਸੋਸ਼ਲ ਆਰਗੇਨਾਈਜੇਸ਼ਨ ਦੀ ਸਾਡੀ ਜ਼ਿੰਮੇਵਾਰੀ ਕੀ ਹੈ ਅਖਬਾਰਾਂ 'ਚ ਤਸਵੀਰਾਂ ਛੋਟਾ ਜਿਹਾ ਕੰਮ ਕੀਤਾ ਅਖਬਾਰਾਂ 'ਚ ਤਸਵੀਰਾਂ ਕੋਈ ਹੋਰ ਕੰਮ ਕੀਤਾ ਟੀਵੀ 'ਚ ਤਸਵੀਰਾਂ ਪ੍ਰੈਕਟੀਕਲ ਕੰਮ ਕਿੱਥੇ ਵੋਟ ਬੈਂਕ ਸਰਪੰਚ ਦੀ ਇਲੈਕਸ਼ਨ ਮੈਂਬਰ ਪੰਚਾਇਤ ਦੀ ਇਲੈਕਸ਼ਨ ਐਮਪੀ ਦੀ ਇਲੈਕਸ਼ਨ ਇਲੈਕਸ਼ਨਾਂ 'ਤੇ ਜੀਵਨ ਗੁਜ਼ਰ ਜਾਂਦੇ ਨੇ ਸਾਡੀ ਖਤਰਨਾਕ ਸਟੇਟ ਬਣ ਚੁੱਕੀ ਹੈ ਸਾਡੀ ਪੰਜਾਬ ਬਿਲਕੁਲ ਸਾਹਮਣੇ ਬਾਰਡਰ ਹੈ 20 ਕਿਲੋਮੀਟਰ ਤੇ ਦਾ ਬਾਰਡਰ ਹੈ 15 ਕਿਲੋਮੀਟਰ ਤੇ ਬਾਰਡਰ ਹੈ ਅਮਰਸਰ ਤੋਂ ਫਰੋਜਪੁਰ ਤੋਂ ਹੁਣ ਨਰਿੰਦਰ ਮੋਦੀ ਜੀ ਆਏ ਮੈਂ ਤਾਂ ਦੱਸਣਾ ਜਦੋਂ ਇੱਥੇ ਉਹਨਾਂ ਨੇ ਬੜਾ ਵੱਡਾ ਐਲਾਨ ਕਰਨਾ ਸੀ ਬੜੇ ਵੱਡੇ ਪੈਕੇਜ ਦੇਣੇ ਸੀ ਪੰਜਾਬ ਦੇ ਉਹਨਾਂ ਨੇ ਕਰਜ਼ੇ ਮਾਫ਼ ਕਰਨੇ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਪੀਡੀਆਈ ਕੋਰਨਾ ਸੀ ਪੰਜਾਬ ਦੀ ਯੂਥ ਨੂੰ ਕਈ ਚੀਜ਼ਾਂ ਉਹ ਦੇ ਕੇ ਜਾ ਰਹੇ ਸੀ ਹਜ਼ਾਰਾਂ ਅਰਬ ਕਰੋੜ ਦਾ ਪ੍ਰੋਜੈਕਟ ਲੈ ਕੇ ਆਏ ਕੀ ਹੋਇਆ ਸਾਡੇ ਪੰਜਾਬ ਦੇ ਚੰਦ ਕਿਸਾਨ ਭਰਾਵਾਂ ਨੇ ਘੇਰ ਲਿਆ ਉਹਨਾਂ ਨੇ ਸੁਰੱਖਿਆ ਦੀ ਗੱਲ ਕਰਦਾ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਆ ਰਿਹਾ ਹੈ ਕੁਝ ਦੇਣ ਆ ਰਿਹਾ ਹੈ ਚਲੋ ਨਾ ਦੇਵੇ ਤੁਸੀਂ ਕਮ ਸੇ ਕਮ ਸੁਰੱਖਿਆ ਨਾਲ ਖਿਲਵਾੜ ਤੇ ਨਾ ਕਰੋ ਉਹਨਾਂ ਨੂੰ ਕਿੱਥੇ ਘੇਰ ਕੇ ਪਾਇਆ ਇੱਕ ਪਾਸੇ ਫਿਰੋਜ਼ਪੁਰ 15 ਕਿਲੋਮੀਟਰ ਬਾਰਡਰ ਇੱਕ ਪਾਸੇ ਪੰਜਾਬ ਵਾਗਾ ਬਾਰਡਰ 25 30 ਕਿਲੋਮੀਟਰ ਬਾਰਡਰ ਸਾਰੇ ਪਾਸੇ ਇੱਕ ਪਾਸੇ ਗੰਗਾ ਨਗਰ ਬਾਰਡਰ ਸਾਰੇ ਪਾਸਿਓਂ ਘੇਰ ਕੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਖੜਾ ਕਰਤਾ فرض ਕਰੋ ਕੋਈ ਹਮਲਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋ ਜਾਂਦਾ ਪੂਰੀ ਦੁਨੀਆ ਦੇ ਵਿੱਚ ਅੱਜ ਹਟ ਲਿਸਟ ਹੈ ਕਿ ਉਹ ਟੈਰਰਿਜ਼ਮ ਦੇ ਖਿਲਾਫ ਉਹਨਾਂ ਦੀ ਜੰਗ ਹੈ ਤੇ ਕੀ ਹੁੰਦਾ ਪੰਜਾਬ 'ਚ ਪਹਿਲੋਂ ਇੰਦਰਾ ਗਾਂਧੀ ਮਾਰੀ ਦੰਗੇ ਹੋਏ ਫਸਾਦ ਹੋਏ ਫਿਰ ਇੱਥੇ ਪ੍ਰਧਾਨ ਮੰਤਰੀ ਦਾ ਕੋਈ ਨੁਕਸਾਨ ਹੋ ਜਾਂਦਾ ਜੋ ਟੀਵੀ 'ਚ ਮੈਂ ਦੇਖ ਰਿਹਾ ਸੀ ਤੇ ਮੈਂ ਸਮਝਦਾ ਫਿਰ ਦੰਗੇ ਫਸਾਦ ਨੇ ਦੇ ਜ਼ਿੰਮੇਦਾਰ ਕੌਣ ਹੈ ਸਾਨੂੰ ਪੰਜਾਬ 'ਚ ਅਵੇਅਰਨੈਸ ਹੈ ਕਿਸੇ ਨੂੰ ਫਟਾਫਟ ਅਥੀ ਧਰਮ ਦੇ ਤੁਹਾਨੂੰ ਸਰਕਾਰਾਂ ਜ਼ਿੰਮੇਵਾਰ ਲੱਗ ਰਹੀਆਂ ਸਰਕਾਰਾਂ ਜ਼ਿੰਮੇਵਾਰ ਲੱਗ ਰਹੀਆਂ ਤੁਹਾਨੂੰ ਉਸ ਸਮੇਂ ਤਾਂ ਚੰਨੀ ਸੀ ਮੁੱਖ ਮੰਤਰੀ ਤੋਂ ਲੱਗਦਾ ਕਾਂਗਰਸ ਹੀ ਫਿਰ ਜ਼ਿੰਮੇਵਾਰ ਹੋਗੇ ਉਹ ਸਾਰੀ ਪਲੈਨਿੰਗ ਜਿਹੜੀ ਉਸ ਵੇਲੇ ਹੋਈ ਹੂੰ ਪੰਜਾਬ ਦੇ ਉਸ ਵੇਲੇ ਮੌਜੂਦਾ ਡੀਜੀਪੀ ਹੂੰ ਪੰਜਾਬ ਦਾ ਉਸ ਵੇਲੇ ਚੰਨੀ ਇਹ ਸਾਰਾ ਪੋਲੀਟੀਕਲ ਹੋਇਆ ਇਹ ਪੋਲੀਟੀਕਲ ਅਗਰ ਪ੍ਰਾਈਮ ਮਿਨਿਸਟਰ ਤੇ ਹਮਲਾ ਹੋ ਜਾਂਦਾ ਇਹ ਰਾਜਨੀਤਿਕ ਹਮਲਾ ਸੀ ਪੋਲੀਟੀਕਲ ਟੈਰੋਰਿਜ਼ਮ ਸੀ ਹੂੰ ਠੀਕ ਪੋਲੀਟੀਕਲ ਟੈਰੋਰਿਜ਼ਮ ਸੀ ਅਰੇ ਆ ਹੁਣ ਹੁਣ ਇੱਥੇ ਆਏ ਨਰਿੰਦਰ ਮੋਦੀ ਦੀ ਮਾਛੀ ਬੜਾ ਆਏ ਹੂੰ ਪੰਜਾਬ ਦੇ ਚੀਫ ਮਿਨਿਸਟਰ ਸਰਪੰਜਨ ਮਾਨ ਜੀ ਉਹਨਾਂ ਨੇ ਮਾਫੀ ਮੰਗੀ ਵੀ ਉਸ ਵੇਲੇ ਹੋਇਆ ਸੁਰੱਖਿਆ ਦੀ ਕੋ ਕੋਤਾਈ ਤਨੀ ਨਹੀਂ ਸੀ ਖੁੱਲ ਕੇ ਪ੍ਰਾਈਮ ਮਿਨਿਸਟਰ ਆਏ ਥੱਲੇ ਆਮ ਪਾਰਟੀ ਦੇ ਵੀ ਲੋਕ ਸਦੇ ਬੀਜੇ ਤੇ ਬੀਜੇਪੀ ਦੇ ਕੋਈ ਇਤਰਾਤਾ ਤ ਨਹੀਂ ਲੱਗਾ ਦੇਖੋ ਸੁਰੱਖਿਆ ਇੱਕ ਇਹੋ ਜਿਹਾ ਮੁੱਦਾ ਹੈ ਜਿਹਦੇ ਲਈ ਸਾਨੂੰ ਗਵਰਨਮੈਂਟ ਨੂੰ ਸਾਨੂੰ ਪੁਲਿਸ ਨੂੰ ਸਾਨੂੰ ਪੋਲੀਟੀਕਲ ਪਾਰਟੀਆਂ ਨੂੰ ਰਾਜਨੀਤੀ ਤੋਂ ਹਟ ਕੇ ਕਰਨਾ ਚਾਹੀਦਾ ਪੀਐਮ ਦੀ ਮਿਸਾਲ ਸਾਹਮਣੇ ਹੈ ਪ੍ਰਾਈਮ ਮਿਨਿਸਟਰ ਸਾਹਿਬ ਜੀ ਮੈਂ ਅਗਲਾ ਸਵਾਲ ਪੁੱਛਦਾ ਪਰ ਮੈਂ ਗੋਲਡੀ ਬਰਾੜ ਤੋਂ ਇੱਕ ਚਾਹੂੰਗਾ ਗੋਲਡੀ ਬਰਾੜ ਤੋਂ ਲੱਗਦਾ ਕਿ ਵਾਪਸ ਆ ਜਾਏਗਾ ਲੀੰਦਾ ਜਾ ਸਕੇਗਾ ਉਸ ਨੂੰ ਤੇ ਅਗਲਾ ਪੁਆਇੰਟ ਜੇ ਇੱਥੇ ਆ ਗਿਆ ਤਾਂ ਫਿਰ ਕਿਵੇਂ ਦੇਖਦੇ ਹੋ ਤੁਸੀਂ ਗੋਲਡ ਦੇ ਦੋ ਗੱਲਾਂ ਹੂੰ ਜਿਵੇਂ ਅੱਜ ਬੰਦੀ ਸਿੱਖਾਂ ਦੀ ਗੱਲ ਹੁੰਦੀ ਹੈ ਠੀਕ ਹੂੰ ਉਹਨਾਂ ਦੀ ਰਿਹਾਈ ਦੀ ਮੰਗ ਹੁੰਦੀ ਹੈ ਰਿਹਾਈ ਸੀ ਬੰਦੀ ਸਿੱਖ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੂੰ ਮੌਦ ਦੇ ਸਦਾਗਰ ਕਹਿੰਦੇ ਹੁਣ ਜਿਹਨੇ ਮੇਰੇ ਤੇ ਹਮਲਾ ਕੀਤਾ ਭੁੱਲਰ ਨੇ ਪੈਂਤੀ ਲੋਕ ਸ਼ਹੀਦ ਹੋਏ 90 90 ਜ਼ਖਮੀ ਹੋਏ ਅਸੀਂ ਵੀ ਉੱਥੇ ਜ਼ਖਮੀ ਹੋਏ ਜਵਾਨ ਸਭ ਗਏ ਉਹਨਾ ਜੋ ਬੰਦੀ ਸਿੱਖ ਬਣ ਗਿਆ ਅਸੀਂ ਕਿਸੇ ਨੂੰ ਮਾਰਿਆ ਤਾਂ ਨਹੀਂ ਸੀ ਇਦਾਂ ਹੋਰ ਨੇ ਜਿਨ੍ਹਾਂ ਨੇ ਕਈ ਪਿੰਡਾਂ ਦੇ ਸੁਹਾਗ ਉਜਾਰੇ ਬੱਚੇ ਯਤਿਮ ਕੀਤੇ ਖੂਨ ਦੀਆਂ ਨਦੀਆਂ ਵਹਾਈਆਂ ਅੱਜ ਉਹ ਬੰਦੀ ਸਿੱਖ ਬਣ ਗਈ ਉਹਨਾਂ ਨੂੰ ਇਹ ਨਹੀਂ ਕਿਉਂ ਨਹੀਂ ਕਿਉਂ ਨਹੀਂ ਕਹਿੰਦੇ ਮੌਦੇ ਸਦਾ ਕਰ ਕਿ ਕੱਲ ਨੂੰ ਗੋਲਡੀ ਬਰਾੜ ਵਰਗੇ ਹੋਰ ਵੀ ਆਣਗੇ ਮਲੇਸ਼ੀਆ ਤੋਂ ਇੱਕ ਅਤੰਕਵਾਦੀ ਹੋਰ ਵੀ ਆਏਗਾ ਜਾਂ ਹੋਰ ਜਿਹੜੇ ਫੜੇਗੇ ਕਿ ਇਹ ਕੁਝ ਸਮੇਂ ਦੇ ਬਾਅਦ 4-5 ਸਾਲਾਂ ਦੇ ਬਾਅਦ ਜਦੋਂ ਹਾਲਾਤ ਨਾਰਮਲ ਹੋ ਜਾਣਗੇ ਪੰਜਾਬ ਦੇ ਅੰਦਰ ਮੈਨੂੰ ਹੁਣ ਹਾਲਾਤ ਨਾਰਮਲ ਹੋਣ ਦੀ ਉਮੀਦ ਆ ਰਹੀ ਹੈ ਜਿਸ ਤਰੀਕੇ ਨਾਲ ਸਟੇਟ ਗਵਰਨਮੈਂਟ ਪੁਲਿਸ اور ਸੈਂਟਰ ਦੀ ਜਿਹੜੀ ਏਜੰਸੀਜ਼ ਜਿਸ ਤਰੀਕੇ سے ਮਿਲ ਕੇ ਕੰਮ ਕਰ ਰਹੀਆਂ ਅਗਰ ਇਦਾਂ ਕਰਦੀਆਂ ਨਾ ਨੋਰਮਲ ਹੋ ਜਾਏਗਾ ਜੇ ਨੋਰਮਲ ਹੋ ਗਿਆ ਹੂੰ ਕਿ ਫਿਰ ਇਹੀ ਪੋਲੀਟੀਕਲ ਪਾਰਟੀਆਂ ਧਰਮ ਦੇ ਠੇਕੇਦਾਰ ਕਹਿਣਗੇ ਜੀ ਇਹਦੀ ਬੰਦੀ ਸਿੱਖ ਹੈ ਛੱਡ ਦਿੱਤਾ ਜਾਏਗਾ ਪੈਨੋ ਇਹਦਾ ਫੈਸਲਾ ਕਰੇ ਸਰਕਾਰ ਤੇ ਕੋਈ ਵੀ ਪੋਲੀਟੀਕਲ ਪਾਰਟੀ ਦੀ ਸਰਕਾਰ ਬਣੇ ਇਹ ਕ੍ਰਿਮਨਲ ਨੇ ਇਹ ਗੈਂਗਸਟਰ ਨੇ ਇਹ ਦੇਸ਼ ਨੂੰ ਤੋੜਨ ਵਾਲੇ ਨੇ ਇਹ ਪਾਕਿਸਤਾਨ ਦੇ ਏਜੰਟ ਨੇ ਇਹ ਨਾਤਵਾਦੀ ਵੀ ਨਹੀਂ ਇਹ ਕੁਝ ਵੀ ਨਹੀਂ ਇਹ ਖਤਰਨਾਕ ਨੇ ਇਹ ਦੇਸ਼ ਦੇ ਗਦਾਰ ਨੇ ਬੰਦੀ ਸਿੱਖ ਤੋਂ ਲੱਗਦਾ ਰਹਣੀ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਰਹਾ ਮੈਨੂੰ ਇੱਕ ਗੱਲ ਜਵਾਬ ਦਿਓ ਬੇਗੁਨਾਹਾਂ ਦਾ ਕਤਲ ਕਰਨ ਵਾਲੇ ਜਿਹੜਾ ਕੋਈ ਆਪਣੀ ਮਾਂ ਲਈ ਆਪਣੇ ਬੱਚਿਆਂ ਲਈ ਆਪਣੀ ਪਤਨੀ ਲਈ ਰੋਟੀ ਕਮਾਣ ਲਈ ਨਿਕਲਿਆ ਸੀ ਉਹਦੇ ਹੱਥ ਚ ਤਰਸੂਲ ਨਹੀਂ ਸੀ ਉਹਦੇ ਹੱਥ ਚ ਕਿਰਪਾਨ ਨਹੀਂ ਸੀ ਉਹਦੇ ਹੱਥ ਚ ਬੰਦੂਕ ਨਹੀਂ ਸੀ ਤੁਸੀਂ ਬੱਸਾਂ ਚੋਂ ਕੱਢ ਕੱਢ ਲੈਣਾ ਜੋ ਕੱਢ ਕੇ ਮਾਰਦਾ ਤੇ ਉਹਨੂੰ ਤੁਸੀਂ ਕੀ ਕਹੋਗੇ ਮੌਤ ਦੇ ਸੁਧਾਗਰ ਕਹੋਗੇ ਬੰਦੀ ਸਿੱਖ ਕਹੋਗੇ ਮੌਤ ਦੇ ਸੁ ਕਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਹੈ ਕਿਹੜੀ ਅਰਦਾਸ ਚਾਹੁੰਦਾ ਹੈ ਕਿ ਤੁਸੀਂ ਕੱਢ ਕੱਢ ਕੇ ਹਿੰਦੂ ਭਰਾਵਾਂ ਦਾ ਕਤਲੇਆਮ ਕਰਦੇ ਹੋ ਤੁਸੀਂ ਸੈਕੂਲਰ ਸਿੱਖਾਂ ਦਾ ਕਤਲੇਆਮ ਕਰਦੇ ਹੋ ਤੁਸੀਂ ਦੇਸ਼ ਦੀ ਗੱਲ ਕਰਨ ਵਾਲਿਆਂ ਨੂੰ ਜਾਨੋਂ ਮਾਰਦੇ ਹੋ ਕਿਹੜੀ ਕਿਤਾਬ ਤੇ ਲਿਖਿਆ ਉਹਨੂੰ ਤੁਸੀਂ ਬੰਦੀ ਸਿੱਖ ਹੋਗੇ ਪਹਿਲਾਂ ਤਾਂ ਬੰਦੀ ਸਿੱਖ ਦੀ ਗੱਲ ਕਰੀ ਕਲੀਅਰ ਕਰੀਏ ਕਿ ਬੰਦੀ ਸਿੱਖ ਹੈ ਕੌਣ 66000 ਬੇਗੁਨਾਹਾਂ ਦਾ ਕਤਲ ਕਰਨ ਵਾਲੇ ਬੰਦੀ ਸਿੱਖ ਨੇ 19000 Hindu ਭਰਾਵਾਂ ਨੂੰ ਮਾਰਨ ਵਾਲੇ ਬੰਦੀ ਸਿੱਖ ਨੇ ਉਹ ਨੇ ਉਹਨਾਂ ਨੂੰ ਤੁਸੀਂ ਅੱਜ ਛੱਡ ਦਿਓਗੇ ਤੇ ਕੱਲ ਨੂੰ ਤੁਸੀਂ ਨਹੀਂ 1 ਮਿੰਟ ਕੱਲ ਨੂੰ RDX ਪਕੜਾ ਜਾਏਗਾ ਬੰਦੂਕਾਂ ਫੜੀਆਂ ਜਾਣਗੀਆਂ ਹੁਣ ਮੇਰੇ ਕੇਸ ਤੇ ਭੁੱਲਰ ਹੈ ਇੱਥੇ ਦਿੱਲੀ ਬਲਾਸਟ ਕੀਤਾ ਕਿੱਥੋਂ ਫੜ ਕੇ ਲਿਆਈ ਪੁਲਿਸ ਜਰਮਨੀ ਤੋਂ ਲਾਹੌਰੀਆਂ ਨੂੰ ਕਿੱਥੋਂ ਲੈ ਆਈ ਅਮਰੀਕਾ ਨੂੰ ਉਹਦੀ ਵਾਈਫ ਸੂਤ ਨੂੰ ਕਿੱਥੋਂ ਫੜ ਕੇ ਲੈ ਆਈ ਅਮਰੀਕਾ ਤੋਂ ਪੁਲਿਸ ਨੇ ਕਿੰਨੀ ਮਿਹਨਤ ਕੀਤੀ ਕੋਰਟ ਚ ਕਿੰਨੀ ਲੜਾਈ ਲੜੀ ਗਈ ਛੱਡ ਕੇ ਇੱਥੇ ਆ ਗਏ ਅੱਜ ਸਾਰੀਆਂ ਸਰਕਾਰਾਂ ਕਹਿੰਦੀਆਂ ਜੀ ਬੰਦੀ ਸਿੱਖੇ ਨੂੰ ਛੱਡ ਦਿਓ ਤੇ ਬੇਟਾ ਕੱਲਾ ਰਹਿ ਗਿਆ ਮੈਂ ਤਾਂ ਆਖਰੀ ਦਮ ਤੱਕ ਲੜਾਈ ਲੜੂ ਤੇ ਕੱਲ ਨੂੰ ਇਹਨਾਂ ਚੀਜ਼ਾਂ ਤੇ ਇਹ ਵੀ ਹੋਏਗਾ ਅੱਜ ਤਾਂ ਤੁਸੀਂ ਨਿਊਜ਼ ਚਲਾਤੀ ਲੋਕ ਸੁਣ ਰਹੇ ਪੜ ਨਹੀਂ ਡਬਲ ਸਟੈਂਡਰਡ ਦਾ ਜ਼ਿਕਰ ਹੁੰਦਾ ਹੈ ਬਿਟਾ ਜੀ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਨਹੀਂ ਛੱਡਣੇ ਚਾਹੀਦੇ ਫਿਰ ਲੋਕ ਕਹਿੰਦੇ ਨੇ ਜਿਹੜੇ ਮੰਗ ਕਰ ਰਹੇ ਨੇ ਕਿ ਬੰਦੀ ਸਿੱਖਾਂ ਦੇ ਕਹਿੰਦੇ ਜਦੋਂ ਰਾਜੀਵ ਗਾਂਧੀ ਦੇ ਕਾਤਲਾ ਨੂੰ ਛੱਡਿਆ ਜਾ ਸਕਦਾ ਹੈ ਤਾਂ ਫਿਰ ਇਹਨਾਂ ਦਾ ਜ਼ਿਕਰ ਕਿਉਂ ਨਹੀਂ ਹੈ ਤਾਂ 30-30 ਸਾਲ ਹੋ ਗਏ ਦੇਖੋ ਗੱਲ ਇਹ ਭੁਗਤ ਰਹੇ ਨੇ ਆਪਣੀ ਸੰਸਾ ਦੋ ਦੋ ਗੱਲਾਂ ਨੇ ਹੂੰ ਰਾਜੀਵ ਗਾਂਧੀ ਦੇ ਕੇਸ ਨੂੰ ਤੁਸੀਂ ਇਹਨਾਂ ਨਾਲ ਨਹੀਂ ਮਿਲਾ ਸਕਦੇ ਜਦੋਂ ਕੋਰਟਾਂ 'ਚ ਕੇਸ ਚੱਲਦੇ ਨੇ ਰਾਜੀਵ ਗਾਂਧੀ ਨੇ ਬੰਦਿਆਂ ਨੂੰ ਛੱਡਦਿਆਂ ਨੂੰ ਸਰਕਾਰਾਂ ਨੇ ਛੱਡਣਾ ਇਹ ਤਾਂ ਸੁਪਰੀਮ ਕੋਰਟਾਂ ਦੇ ਫੈਸਲੇ ਸਰਕਾਰਾਂ ਦੇ ਕੰਮ ਨਹੀਂ ਹੁਣ ਤੁਸੀਂ ਅਹਮਦਾਬਾਦ ਦੇ ਵਿੱਚ ਵੇਖ ਲਓ ਕੰਮ ਸੇ ਕੰਮ ਕਈ ਜਗ੍ਹਾ ਤੇ ਉੱਤੇ ਉਹਨਾਂ ਨੇ ਬਲਾਸਟ ਕੀਤੇ 19 ਕੇ 20 ਜਿਹੜੇ ਲੋਕ ਸੀ ਉਹਨਾਂ ਨੂੰ ਫਾਂਸੀ ਦੀ ਸੱਦਾ ਸੁਣਾਤੀ 20 ਲੋਕਾਂ ਨੂੰ ਫਾਂਸੀ ਦੇ ਸੱਦਾ ਸੁਣਾਤੀ ਗਈ ਆਪ ਇਥੇ 4 ਮਹੀਨੇ ਦੀ ਗੱਲ ਹੈ ਉਹ ਪੰਜਾਬ 'ਚ ਜਿਹੜਾ ਕਿਸੇ ਨੂੰ ਫਾਂਸੀ ਦੇ ਸੱਦਾ ਨਹੀਂ ਸੁਣਾਈ ਤੁਸੀਂ ਥਰਤੇ ਚੜੀ ਜਾਂਦੇ ਹੋ ਉਹ ਸੱਦਾ ਸੁਣਾਈ ਸੀ ਉਹ ਵਿੱਚੇ ਰਹਿ ਗਈ ਨਹੀਂ ਰਹਿ ਗਈ ਫਾਂਸੀ ਦੇ ਸੱਦਾ ਸੁਣਾਤਾ ਦਿੱਤੀ ਪੰਜਾਬ ਵਿੱਚ ਨੂੰ ਫਾਂਸੀ ਦੇ ਸੱਦਾ ਸੁਣਾਈ ਅੱਜ ਵੀ ਰੌਲਾ ਪਾਇਆ ਤੁਸੀਂ ਦੱਸੋ ਨਰਿੰਦਰ ਮੋਦੀ ਜੀ ਨੇ ਕਰਤਾਰਪੁਰ ਖੱਬ ਖੋਲਿਆ ਉਹਨੇ ਇੱਕ ਪਾਸੇ ਸਰਜੀ ਕੋਰਪੋਰੇਸ਼ਨ ਇੱਕ ਪਾਸੇ ਜੰਗ ਦੀ ਤਿਆਰੀ ਤ론 ਵਾਣੇ ਜਰੋ ਕੀਤਾ ਜੰਗ ਦੀ ਤਿਆਰੀ ਪਰ ਉਹਨਾਂ ਨੇ ਕਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੈਂ ਸਤਕਾਰ ਕਰਦਾਂ ਸਿਰ ਝੁਕਾਉਂਦਿਆਂ ਵਾਅਦਾ ਪੂਰਾ ਕੀਤਾ ਕਰਤਾਰਪੁਰ ਸਾਹਿਬ ਖੋਲਿਆ ਤੇ ਉਸ ਤੋਂ ਬਾਅਦ ਅਤਵਾਦੀ ਵੀ ਛੱਡਦੇ ਹੂੰ ਅਸੀਂ ਬੋਲੇ ਬੜਾ ਗੁੱਸਾ ਹੈ ਤੁਹਾਡਾ ਨੂੰ ਹਾਂ ਨਹੀਂ ਅਸੀਂ ਨਹੀਂ ਜਿਨ੍ਹਾਂ ਦਾ ਬੰਦੀ ਸਿੱਖ ਦਾ ਜ਼ਿਕਰ ਹੋਇਆ ਤੁਹਾਨੂੰ ਬੜਾ ਗੁੱਸਾ ਉਹਨਾਂ ਦੇ ਉੱਪਰ ਹੈ ਨਾ ਆਹ ਸ਼ਰੀਰ ਦੇਖੇ ਹੂੰ ਆਹ ਲੱਤਾਂ ਦੇਖੀਆਂ ਤੇ ਮੇਰੇ ਵਰਗੇ ਬੰਦੇ ਇਹੋ ਜਿਹੇ ਕਈ ਹੋਣਗੇ ਜਿਹੜੇ ਮੇਰੇ ਜਵਾਨ ਜਦੋਂ ਜਾ ਰਹੇ ਸੀ ਐਲ ਐਮ ਜੀ ਇੱਥੇ ਆਪਣੇ ਸਾਹਮਣੇ ਸਿਰ ਉਰ ਦੇ ਦੇਖੇ ਜਨਾਬ ਹੂੰ ਸਰੀਰ ਦੇ ਟੁਕੜੇ ਹੁੰਦੇ ਦੇਖੇ ਤੇ ਬੱਚੇ ਜਾਂਦੇ ਹੋਏ ਸਕੂਲ ਨੂੰ ਸਵੇਰੇ ਅੰਮ੍ਰਿਤਸਰ ਤਾਰਾਂ ਦੇ ਉੱਤੇ ਲਟਕ ਦੇਖੇ ਟਾਂਗਾ ਜਾਂਦਾ ਹੋਇਆ ਅੱਧੇ ਘੋੜੇ ਨੂੰ ਟੰਗਿਆ ਦੇਖਿਆ ਖੂਨ ਦੇਖਿਆ ਹਰ ਜਗ੍ਹਾ ਤੇ ਖੂਨ ਹੀ ਖੂਨ ਸੀ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਭੈਣਾਂ ਦੇ ਸੁਹਾਗ ਦੇਖੇ ਬੱਚੇ ਯਤਿਮ ਹੁੰਦੇ ਹੁੰਦੇ ਦੇਖੇ ਅੱਜ ਤੱਕ ਉਹਨਾਂ ਨੂੰ ਪਰਿਵਾਰਾਂ ਨੂੰ ਕੁੱਪੁੱਛਣ ਵਾਲਾ ਹੈ ਇਹ ਬੰਦੀ ਸਿੱਖਾਂ ਦੀ ਗੱਲ ਕਰਨ ਵਾਲੇ ਅਗਰ ਇਹ ਗੁਰੂ ਮਹਾਰਾਜੇ ਸੱਚੇ ਸਿੱਖ ਨੇ ਜਿਹੜੇ ਮਾਰੇਗੇ ਕਿ ਕਰੀ ਉਹਨਾਂ ਨੇ ਘਰਾਂ 'ਚ ਜਾ ਕੇ ਇਹਨਾਂ ਨੇ ਪੁੱਛਿਆ ਸਿੱਖ ਕੌਮ ਦਾ ਮਤਲਬ ਕੀ ਮਾਨਵਤਾ ਹਰ ਮੰਦਰ ਸਾਹਿਬ ਚਲੇ ਜਾ 20% ਵਰਦਾਰ ਭਰਾ ਜਾਂਦੇ ਨੇ ਤੇ 80% ਨੌ ਨੌਨ ਸਿੱਖ ਜਾਂਦੇ ਨੇ ਕਦੀ ਇਹਨਾਂ ਨੇ ਉਹਨਾਂ ਬਾਰੇ ਸੋਚਿਆ ਖਾਲਸਾਪਨ ਦੀਆਂ ਗੱਲਾਂ ਕਰ ਰਹੇ ਹੋ ਪਰ ਉੱਥੇ ਕਿਸ ਨੂੰ ਕੋਈ ਰੋਗ ਥੋੜੀ ਰਿਹਾ ਹੈ ਤੁਸੀਂ ਤੁਸੀਂ ਹਰ ਇੱਕ ਗੱਲ ਨੂੰ ਉੱਥੇ ਕਿਉਂ ਲੈ ਜਾਂਦੇ ਹੋ ਕਿਉਂ ਕਿ ਦਰਬਾਰ ਸਾਹਿਬ 'ਚ ਕਿਸ ਨੂੰ ਕੋਈ ਰੋਗ ਥੋੜੀ ਰਿਹਾ ਨਹੀਂ ਤੁਹਾਨੂੰ ਲੱਗਦਾ ਬੰਦੀ ਸਿੰਘਾਂ ਨੂੰ ਛੱਡਣ ਤੋਂ ਬਾਅਦ ਉੱਥੇ ਕੋਈ ਦਿੱਕਤ ਹੋ ਸਕਦੀ ਹੈ ਪੰਜਾਬ 'ਚ ਨਹੀਂ 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 ਤੁਹਾਨੂੰ ਲੱਗਦਾ ਪੰਜਾਬ ਦਾ ਮਾਹੌਲ ਖਰਾਬ ਹੋ ਜਾਏਗਾ ਜੇ ਬੰਦੀ ਸਿੱਖਾਂ ਨੂੰ ਛੱਡਤਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਦੇਖੋ ਮੈਂ ਪੰਜਾਬ ਦੇ ਮਾਹੌਲ ਖਰਾਬ ਹੋਣ ਦੀ ਜਾਂ ਨਹੀਂ ਕਰ ਸਕਦਾ ਮੈਂ ਇਹਦੇ ਬਾਰੇ ਕੋਈ ਅੱਗ ਨਹੀਂ ਲਾਉਂਦਾ ਮੈਂ ਤੁਹਾਡੇ ਨਾਲ ਇੱਕੋ ਗੱਲ ਕਰਦਾ ਜਿਨ੍ਹਾਂ ਨੇ 36000 ਬੇਗੁਨਾਹਾਂ ਦਾ ਕਤਲੇਆਮ ਕੀਤਾ ਉਹਨੂੰ ਬੰਦੀ ਸਿੱਖ ਕਿਉਂ ਕਿਹਾ ਜਾਵੇ ਉਹਨਾਂ ਨੇ ਮੌਤ ਦੇ ਸਦਾਕਰ ਕਿਉਂ ਨਾ ਜਾ ਕਿਹਾ ਜਾਵੇ ਜਿਨ੍ਹਾਂ ਨੇ ਮਾਨਵਤਾ ਨੂੰ ਮਾਰਿਆ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦੀ ਸੋਚ ਤੋਂ ਉਲਟ ਬੇਗੁਨਾਹ ਲੋਕਾਂ ਨੂੰ ਕੰਢ ਕੱਟ ਕੇ ਟ੍ਰੇਨਾਂ 'ਚ ਬੱਥਾ ਜੋ ਕੱਢ ਕੇ ਮਾਰਿਆ ਕਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸੀ ਕਿਹੜੇ ਸਿੱਖ ਇਤਿਹਾਸ 'ਚ ਲਿਖਿਆ ਸੀ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਉਹਨੂੰ ਇਹ ਸਾਡੇ ਸਿੱਖ ਇਤਿਹਾਸ 'ਚ ਲਿਖਿਆ ਹੈ ਮੈਂ ਸਾਡੇ ਸਿੱਖ ਇਤਿਹਾਸ ਤੇ ਲਿਖਿਆ ਤੂੰ ਤੁਸੀਂ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਵਾਲੇ ਸਾਡੇ ਗੁਰੂ ਤੇਗ ਬਹਾਦਰ ਹਿੰਦੂ ਦੀ ਚਾਦਰ ਉਹ ਤੁਸੀਂ ਹਿੰਦੂ ਭਰਾਵਾਂ ਨੂੰ 19000 ਨੂੰ ਕੱਟ ਕੇ ਮਾਰਦੇ ਹੋ ਕਿਹੜੀ ਕਿਤਾਬ ਚ ਲਿਖਿਆ ਤੁਸੀਂ ਗੁਰੂ ਮਹਾਰਾਜ ਦੀ ਮਰਿਆਦਤ ਉਲਟ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ ਕੀ ਇਹ ਗੱਲ ਗਲਤ ਹੈ ਜਾਂ ਸਹੀ ਹੈ ਨਹੀਂ ਤੁਹਾਨੂੰ ਲੱਗਦਾ ਹੈ ਅਕਾਲੀ ਦਲ ਦੇ ਜਾਂ ਪੋਲਿਟੀਕਲ ਪਾਰਟੀਆਂ ਸਭ ਨਹੀਂ ਸਮਝ ਪਾ ਰਹੀਆਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਦੇਖੋ ਜੀ ਸਮਝਦੇ ਸਾਰੇ ਨੇ ਹਸਤਾਖਰ ਮੁਹਿੰਮ ਚੱਲ ਰਹੀ ਹੈ ਨਹੀਂ ਨਹੀਂ ਉਹ ਕਿਹੜੇ ਕਿਹੜੇ ਕਹਿੰਦੇ ਸਾਈਨ ਕਰਵਾ ਕੇ ਅਸੀਂ ਰਾਜਪਾਲ ਨੂੰ ਭੇਜਾਂਗੇ ਕੋਈ ਗੱਲ ਨਹੀਂ ਇਹ ਰਾਜਪਾਲ ਇਹ ਸਭ ਫੋਟੋ ਪੋਲਿਟਿਕਸ ਹੈ ਮੀਡੀਆ ਪੋਲਿਟਿਕਸ ਹੈ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਨਾ ਮੈਂ ਵੀ ਸਾਰੇ ਪਰਿਵਾਰ ਇਕੱਠੇ ਕਰ ਲਏ ਨੇ ਕਾਫੀ ਇਕੱਠੇ ਹੋ ਜਾਣਗੇ ਤੁਸੀਂ ਕਰੋ ਬਿੱਟਾ ਕੱਲਾ ਅੱਗੇ ਜਾਂਦਾ ਸੀ ਸਾਰੇ ਜਿੰਨੇ ਲੋਕਾਂ ਦੇ ਭੈਣਾਂ ਦੇ ਸੁਹਾਗ ਉਜਾੜੇ ਬੱਚੇ ਯਤੀਮ ਕੀਤੇ ਘਰਾਂ ਦੇ ਘਰ ਪਿੰਡਾਂ ਦੇ ਪਿੰਡ ਖਾਲੀ ਕਰਾਤੇ ਜਿਹੜੇ ਪਲਾਨ ਹੋ ਕੇ ਪੂਰੇ ਹਿੰਦੁਸਤਾਨ 'ਚ ਚੱਲੇਗੇ ਮੈਂ ਉਹਨਾਂ ਦੇ ਸੰਪਰਕ ਚਾ ਮੈਂ ਜਾਊਂਗਾ ਸੁਪਰੀਮ ਕੋਰਟ ਆ ਜਾਓ ਤੁਸੀਂ ਬੰਦੀ ਸਿੱਖ ਕਹਦੇ ਮੈਂ ਮੌਦੇਸ ਸੁਦਾਗਰ ਕਹਿਣਾ ਮੈਂ ਖੁੱਲ ਕੇ ਕਹਿਣਾ ਜੇ ਬੰਦੀ ਸਿੱਖ ਰਿਹਾ ਹੋਏ ਤਾਂ ਤੁਸੀਂ ਸੁਪਰੀਮ ਕੋਰਟ ਦਾ ਰੁਕ ਕਰੋਗੇ ਦੇਖੋ ਜੀ ਜਦੋਂ ਵੀ ਇਹੋ ਜਿਹਾ ਕੋਈ ਸਟੈਪ ਹੋਏਗਾ ਤੇ ਮੈਂ ਹੁਣ ਭੁੱਲਰ ਦੇ ਕੇਸ 'ਚ ਮੈਂ ਉੱਥੇ ਆ ਬਾਕੀ ਕੋਈ ਨਹੀਂ ਗਿਆ ਮੈਂ ਗਿਆ ਮੈਂ ਸਾਰੇ ਪਰਿਵਾਰ ਇਕੱਠੇ ਕਰਕੇ ਮੈਂ ਜਾਵਾਂਗਾ ਕਿਉਂ ਨਹੀਂ ਜਾਵਾਂਗਾ ਬਟਾ ਜੀ ਮੈਂ ਅੱਗੇ ਬਦਾਂ ਪਰ ਤੁਸੀਂ ਜ਼ਿਕਰ ਕਰਦੇ ਸੀ ਕਿ ਮੈਂ ਦੇਖਿਆ ਲਹੂ ਡੁੱਲਿਆ ਹੋਇਆ ਬੱਚਿਆਂ ਦਾ ਜ਼ਿਕਰ ਕਰ ਦਿੱਤਾ ਤੁਸੀਂ ਤੁਸੀਂ ਜ਼ਿਕਰ ਕਰਦੇ ਹੋ ਕਿ 14 ਬਲਾਸਟ ਹੋਏ ਨੇ ਬੰਬ ਜਦੋਂ ਬਲਾਸਟ ਹੋਇਆ ਉਸ ਸਮੇਂ ਕੀ ਹੋਇਆ ਸੀ ਜੇਕਰ ਦੱਸ ਸਕੋ ਸਾਡੇ ਦਰਸ਼ਕਾਂ ਨੂੰ ਦੇਖੋ ਜੀ ਜਿਹੜਾ ਪਹਿਲਾ ਬੰਬ ਚੱਲਿਆ ਸੀ ਮੇਰੀ ਉਮਰ ਬਹੁਤ ਛੋਟੀ ਸੀ ਜੀ ਮੈਂ ਹਰਮੰਦਰ ਸਾਹਿਬ ਦੇ ਸਾਹਮਣੇ ਸਾਡੀ ਰਹਿائش ਹੈ ਮੈਂ ਬਚਪਨ ਤੋਂ ਆਜ਼ਾਦੀ ਦਾ ਤਿਰੰਗਾ ਤੇ ਗਣਤੰਤਰ ਦੇ ਵਾਅਦ ਬਣਾਉਂਦਾ ਸੀ ਹੂੰ ਜਦੋਂ ਹਥਿਆਰ ਅੰਦਰ ਚਲੇ ਗਏ ਗੋਲਾ ਪ੍ਰੂਜ ਚਲਾ ਗਿਆ 84 ਦੀ ਗੱਲ ਹੈ ਨਹੀਂ 84 ਤੋਂ ਪਹਿਲਾਂ ਦੀ 2 ਸਾਲ ਪਹਿਲਾਂ ਦੀ 2 ਸਾਲ ਪਹਿਲਾਂ ਗਰੋਂ ਘੜੇ ਤੋਂ ਪਰਤੀਆਂ ਨਿਕਲਦੀਆਂ ਸ਼ਾਮ ਨੂੰ ਫਲਾਣੇ ਨੂੰ ਮਾਰਨਾ ਮੈਂ ਤਾਂ ਸਾਹਮਣੇ ਸੀ ਹਰ ਚੀਜ਼ ਸਾਹਮਣੇ ਦੇਖੀ ਪਰ ਪਤਾ ਨਹੀਂ ਗੁਰੂ ਮਹਾਰਾਜ ਨੇ ਮੈਨੂੰ ਕੋਈ ਸੇਵਾ ਬਖਸ਼ੀ ਸੀ ਮਤਲਬ ਤੁਸੀਂ ਉਸ ਦਿਨ ਉਸ ਸਮੇਂ ਅੰਮ੍ਰਿਤਸਰ 'ਚ ਸੀ ਅੰਮ੍ਰਿਤਸਰ 'ਚ ਮੈਂ ਆ ਸਾਹਮਣੇ ਇੱਥੋਂ ਨਿਕਲੋ ਤੁਹਾਡੇ ਦਫ਼ਤਰ ਤੋਂ ਥੱਲੇ ਤਾਂ ਸਾਹਮਣੇ ਹਰਮੰਦਰ ਸਾਹਿਬ ਇੰਨਾ ਕ ਸਾਹਮਣੇ ਸੀ ਹੁਣ ਉਹ ਝੰਡਾ ਉਦੋਂ ਨਹੀਂ ਲੜਾਇਆ ਜਿੱਦਾਂ ਆਪਾਂ ਹੁਣ ਅੱਗ ਲਾਉਂਦੇ ਆ ਬੁਲਟ ਪ੍ਰੂਫ ਜੈਕਟਾ ਪਾ ਰਹੀਆਂ ਉਹ ਨਹੀਂ ਬਚਪਨ ਤੋਂ ਲੜਾਉਂਦੇ ਸੀ ਸਕੂਲ ਦੇ ਵੇਲੇ ਰਿਹਾ ਲੜਾਉਂਦੇ ਸੀ 15 ਅਗਸਤ ਦਾ ਦਿਨ ਆਇਆ ਇੱਕ ਚਮ ਕਹਿੰਦਾ ਜੀ ਝੰਡਾ ਇਸ ਵਾਰੀ ਤੁਸੀਂ ਇੱਥੇ ਨਾ ਲਹਿਰਾਓ ਲਹਿਰਾਓਗੇ ਤੇ ਬੰਬ ਸੁੱਟਣਗੇ ਸਾਨੂੰ ਟੈਲੀਫੋਨ ਤੇ ਥ੍ਰੈਟ ਆਇਆ ਮੈਂ ਕਿਹਾ ਵੀ ਇਹ ਖਾਲਸਾਣ ਦਾ ਝੰਡਾ ਹੈ ਇਹ ਦੇਸ਼ ਦਾ ਝੰਡਾ ਅੱਜ ਨਹੀਂ ਲਹਿਰਾ ਰਹੇ ਅੱਗ ਲਾਉਣੀ ਨਹੀਂ ਲਹਿਰਾਇਆ ਇਹ ਤਾਂ ਪਹਿਲਾਂ ਦਾ ਹੈ ਹਿੰਦੂ ਮੁਸਲਮਨ ਸਿੱਖ ਅਸਾਈਆਂ ਦੇ ਖੂਨ ਦਾ ਬਣਿਆ ਤਿਰੰਗਾ ਝੰਡਾ ਮੈਂ ਤਾਂ ਇੱਥੇ ਲਹਿਰਾਉਂ ਮੈਂ 12 ਵਜੇ ਤਿਰੰਗਾ ਝੰਡਾ ਲਹਿਰਾਉਣਾ ਸੀ ਫੇਰੇ 5 ਵਜੇ ਗਲੀ ਥਾਣੀ ਸੰਗਲਵਾਲੀ ਗਲੀ ਅੰਦਰੋਂ ਨਿਕਲਦੇ ਨੇ ਤੇ ਮੈਂ ਉਦੋਂ ਸ਼ਮਿਆਨੇ ਲਗਾ ਰਹੇ ਹੁਣਾਂ ਡੱਬੀਆਂ ਵਾਲੇ ਪੀਲੇ ਨੀਲੇ ਲਾਲ ਅੱਜਕੱਲ ਤਾਂ ਨਵੇਂ ਮਾਡ ਅੰਦਰ ਗਿਆ ਤੇ ਪਲਾਸਟਿਕੀ ਆਵਾਜ਼ ਆਉਂਦੀ ਹੈ ਮੈਂ ਬਾਹਰ ਜਾਣਾ ਮੈਂ ਡਰਦਾ ਨਹੀਂ ਕੋਈ ਵਾਈਫ ਹਸਬੰਦ ਮੱਥਾ ਟੇਕ ਕੇ ਆ ਰਹੇ ਹੁੰਦੇ ਮੈਂ ਕਿਹਾ ਕੁਝ ਦੇਖਿਆ ਤੇ ਨਹੀਂ ਕਹਿੰਦੇ ਇੱਧਰ ਗਏ ਨੇ ਮੁੰਡੇ ਮੈਂ ਉਹਨਾਂ ਦੇ ਪਿੱਛੇ ਭੱਜਿਆ ਮੈਂ ਕਿਹਾ ਮੈਂ ਹੁਣ ਉਹਨਾਂ ਦੀ ਹਦੂਦ 'ਚ ਆ ਗਿਆ ਬਾਹਰ ਆਇਆ ਮਤਲਬ ਉਹਨਾਂ ਦਾ ਇਹ ਸੀ ਆਜ਼ਾਦੀ ਦਾ ਦਿਨ ਨਾ ਮਨਾ ਪਾਵਾ ਇੱਥੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਏ 12 ਵਜੇ ਆਜ਼ਾਦੀ ਦਾ ਤਿਰੰਗਾ ਝੰਡਾ ਲਹਿਰਾਇਆ ਲਰਾਉਣ ਤੋਂ ਪਹਿਲਾਂ ਫਿਰ ਅੰਦਰੋਂ ਨਿਕਲੇ ਮੰਚ ਤੇ ਚੜੇ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ ਨਹੀਂ ਬੋਲਣ ਦਿੱਤਾ ਪੰਫਲੇਟ ਉਹਨਾਂ ਨੇ ਛੁੜਤੇ ਚੁੱਕ ਕੇ ਥੱਲੇ ਛੁੱਟੇ ਫਿਰ ਅੰਦਰੋਂ ਆਈ ਫੌਜ ਆਈ ਉਹਨਾਂ ਦੀ ਵੀ ਅਸੀਂ ਲੜਾਂਗੇ ਅਸੀਂ ਵੀ ਤਿਆਰ ਹੋ ਵੀ ਤਿਆਰ ਆਜੋ ਵੀ ਬੀਐਸਐਫ ਨੇ ਝੰਡਾ ਘੜਤਾ ਫਿਰ ਕਹਿੰਦੇ ਆਜ਼ਾਦੀ ਦੇ ਤਿਰੰਗੇ ਝੰਡੇ ਨੂੰ ਲਾ ਕੇ ਅਗ ਲਾਵਾਂਗੇ ਬੰਦੇ ਮਾਤਰਮ ਭਾਰਤ ਮਾਤਾ ਦੀ ਜੈ ਬੋਲੇ ਸੋਨਿਆਰ ਸਾਥਰੀ ਕਾੜ 5 ਵਜੇ ਤੱਕ ਕਰਦੇ ਰਹੇ ਸੂਰਜ ਡੁੱਬਣ ਲੱਗਾ ਤੇ ਝੰਡੇ ਨੂੰ ਸੀਨੇ ਨਾਲ ਲਾਇਆ ਤੇ ਸਾਡੀ ਸ਼ਕਤੀ ਤਾਕਤ ਪਹਿਲਾ ਬੰਬ ਚੱਲਿਆ ਔਰ ਉਸ ਤੋਂ ਬਾਅਦ ਫਿਰ ਸਾਡੀ ਜੰਗ ਮਰੂਮਾ ਨੂੰ ਮਾਰਨ ਵਾਲੇ ਦੇ ਖਿਲਾਫ ਫਿਰ ਸ਼ੁਰੂ ਹੋਈ ਹੂੰ ਦਿੱਲੀ ਵਾਲਾ ਕੀ ਕਦ ਨਗਰਮ ਸੀ ਉਥੋਂ ਪਹਿਲਾਂ ਅੰਮ੍ਰਿਤਸਰ ਹੋਇਆ ਉਸ ਤੋਂ ਬਾਅਦ ਫਿਰ ਦਿੱਲੀ ਵਾਲਾ ਹੋਇਆ 8 ਮਹੀਨੇ ਦੇ ਬਾਅਦ ਜਦੋਂ ਅੰਮ੍ਰਿਤਸਰ ਚ ਬਲਾਸਟ ਹੋਇਆ ਉਦੋਂ ਹਜੇ ਅਤਵਾਦੀ ਅਸੀਂ ਅਤ ਮੈਂ ਮਨਿਸਟਰ ਸੀ ਅਸੀਂ ਖਤਮ ਕਰਨ ਦੀ ਪੂਰੀ ਤਿਆਰੀ ਸੀ ਉਸ ਤੋਂ ਪਹਿਲਾਂ ਗੋਲੀਆਂ ਚੱਲ ਚੁੱਕੀਆਂ ਸੀ ਮੈਂ ਚੱਲ ਨਹੀਂ ਸਕ ਰਾਤ ਨੂੰ ਮੈਂ ਕ੍ਰਸੇਜ਼ ਆਪਣੇ ਲਾਏ ਹੈਨਾ ਤੇ ਮੈਂ ਦੇਖਿਆ ਮੈਂ ਚੱਲ ਸਕਦਾ ਇੱਕ ਨੰਬਰ ਕਮਰੇ ਸਰਕਟ ਹਾਊਸ ਤੇ ਸੀਗਾ ਤੇ ਮੈਂ ਆਪਣੇ ਦੋਸਤ ਨੂੰ ਕਿਹਾ ਵੀ ਸਵੇਰੇ ਬੰਬ ਚੱਲੂ ਹੂੰ ਉਹ ਕਹਿੰਦਾ ਤੁਸੀਂ ਕਿਵੇਂ ਇਹ ਸੁਰੱਖਿਆ ਦਾ ਅਨੁਭਵ ਲੈਂਦਾ ਤੋ ਤੁਸੀਂ ਕਿਵੇਂ ਕਿਹਾ ਮੈਂ ਕਿਹਾ ਗੱਲ ਹੈ ਵੀ ਅਖਬਾਰਾਂ ਚ ਇਥੇ ਹਰ ਆ ਗਈ ਮੰਤਰੀ ਜੀ ਨੇ ਵਜੇ ਇੱਥੇ ਉਦਘਾਟਨ ਕਰਨਗੇ ਕਰਨਗੇ ਤੇ ਕਿਤੇ ਵੀ ਰਾਹ ਚ ਕੁਝ ਹੋ ਸਕੇ ਨਾ ਕੈਨਸਲ ਮੈਂ ਕੈਨਸਲ ਨਹੀਂ ਹੋਏਗਾ ਅਸੀਂ ਮੌਤ ਦੇ ਕਫਨ ਬੰਨੇ ਨੇ ਅਸੀਂ ਪੰਜਾਬ ਨੂੰ ਅਮਨ ਸ਼ਾਂਤੀ ਦੇਣਾ ਹੈ ਪੈਣਾ ਦਸਵਾਗ ਬਚਾਉਣੇ ਅਸੀਂ ਡਰ ਗਏ ਤੇ ਪਿੱਕੀ ਹੋਊ ਅਸੀਂ ਗਏ ਮੈਂ ਬੈਣ ਲੱਗਾ ਮਨਿਸਟਰੀ ਵਾਲੀ ਬੁਲੇਟ ਪ੍ਰੂਫ ਗੱਡੀ ਚ ਮਨਿਸਟਰੀ ਵਾਲੀ ਗੱਡੀ ਦਾ ਜਿਹੜਾ ਡਰਾਈਵਰ ਸੀ ਉਨੇ ਤਿਰੰਗੇ ਝੰਡੇ ਨੂੰ ਖੋਲਤਾ ਮੈਨੂੰ ਤਿਰੰਗੇ ਝੰਡੇ ਨਾਲ ਅਟੈਚਮੈਂਟ ਮੇਰਾ ਦੇਲੇ ਉਥੇ ਹਿੰਦੂ ਮੁਸਲਮਨ ਸਿੱਖ ਸਾਈਆਂ ਦੇ ਖੂਨ ਨਾਲ ਬਣਿਆ ਮੈਂ ਬੈਠ ਗਿਆ ਮੇਰੇ ਨਾਲ ਮੇਰੇ ਚੀਫ ਇੰਜੀਨੀਅਰ ਬੈਠੇ ਅੱਗੇ ਗੱਡੀ ਦਾ ਹੂਟਰ ਵੱਜ ਰਿਹਾ ਸੀ ਚਟੇ ਰੰਗ ਦੀ ਗੱਡੀ ਸੀ ਅੰਦਰ ਆਵਾਜ਼ ਆਈ ਇਹ ਹੂਟਰ ਮਰਵਾਉ ਜਿੱਦੋਂ ਪੁਲ ਦੇ ਥੱਲੇ ਨਿਕਲੇ ਕਿਸੇ ਨੇ ਬਲਾਸਟ ਕੀਤਾ ਮੇਰਾ ਖਲ 45 ਕਿਲੋ ਆਰਡੀਅਨ ਸੀ ਅੱਗੇ ਐਲ ਐਮ ਜੀ ਸੀ ਆਰ ਪੀ ਦੀ ਉੜਦਾ ਹੋਇਆ ਦੇਖਿਆ ਐਲ ਐਮ ਜੀ ਟੁੱਟਦੀ ਹੋਈ ਦੇਖੀ ਖੂਨ ਬਹਿੰਦਾ ਦੇਖਿਆ ਆ ਮੇਰੀ ਲੱਤ ਜਿਹੜੀ ਪੈਰ ਬਿਲਕੁਲ ਉਤਰ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਗੋਲੀਆਂ ਚਲਾਈਆਂ ਹਮ ਪਰ ਉਹ ਗੋਲੀਆਂ ਦੇ ਵਿੱਚ ਮੇਰੇ ਜਵਾਨ ਮੈਨੂੰ ਜਿਹੜੇ ਫੜਿਆ ਸੀ ਇੱਕ ਜ਼ਖਮੀ ਹੋਇਆ ਸ਼ਹੀਦ ਹੋ ਗਿਆ ਮੈਨੂੰ ਹੋਸ਼ ਸੀ ਪਰ ਮੈਂ ਆਪਣੇ ਮਨ ਦੇ ਅੰਦਰ ਬੰਦੇ ਮਾਤਰਮ ਭਾਰਤ ਮਾਤਾ ਦੀ ਗਾਇਬੋਲੇ ਸੋਹਣਿਆਨ ਕਰਦਾ ਰਿਹਾ ਹਮ ਆਪਰੇਸ਼ਨ ਤੱਕ ਮੇਰੇ ਅੰਦਰੋਂ ਨਾੜੇ ਵੱਜਦੇ ਰਹੇ ਪਰ ਅੱਜ ਮੈਨੂੰ ਇੱਕ ਤਸਵੀਰ ਇੱਕ ਰੱਬ ਨੂੰ ਮੈਂ ਸਵਾਲ ਪੁੱਛਣਾ ਮੇਰਾ ਪੈਰ ਉਤਰ ਗਿਆ ਮੇਰਾ ਖੂਨ ਵਹਿ ਗਿਆ ਬਾਲਟੀਆਂ ਦੇ ਬਾਲਟੀਆਂ ਖੂਨ ਵਹਿ ਗਿਆ ਤਿੰਨ ਗੱਡੀਆਂ ਬਦਲ ਨਹੀਂ ਗਿਆ ਹੋਸ਼ ਛੱਕਿਆ ਮੈਨੂੰ ਫਲਾਣੇ ਹਸਪਤਾਲ ਲੈ ਕੇ ਚਲੋ ਮੈਂ ਕਿਤਾਬ ਬੋਲਦਾ ਰਿਹਾ ਕਿਉਂਕਿ ਮੇਰੇ ਅੰਦਰ ਰਾਸਤ ਦੇ ਪ੍ਰਤੀ ਇੱਕ ਸੇਵਾ ਸੀ ਜਜ਼ਬਾ ਸੀ ਉਹਦੀ ਕਿਰਪਾ ਸੀ ਕਿ ਮੈਂ ਉਹਦੇ ਤੋਂ ਬਚ ਵੀ ਗਿਆ ਤੇ ਮੈਂ ਹੋਸ਼ ਦੇ ਵਿੱਚ ਰਿਹਾ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਮੈਨੂੰ ਪ੍ਰਾਈਮ ਮਿਨਿਸਟਰ ਨੇ ਬੁਲਾ ਰਿਆ ਉਹਨਾਂ ਦੇ ਮਨ 'ਚ ਹੋਊ ਮਾਰ ਦੇਣਗੇ ਮੈਂ ਤਾਂ ਜਾਣਾ ਨਹੀਂ ਚਾਹੁੰਦਾ ਸੀ ਉੱਥੇ ਮੈਂ ਪੁਲਿਸ ਅਫਸਰਾਂ ਨੂੰ ਕਿਹਾ ਡੀਸੀਪੀ ਨਿਊ ਦਿੱਲੀ ਦੇ ਵੀ ਮੇਰੇ ਤੇ ਬੰਬ ਚੱਲ ਸਕਦਾ ਹੈ ਸੁਰੱਖਿਆ ਇੰਤਜ਼ਾਮ ਠੀਕ ਨਹੀਂ 8 ਮਹੀਨੇ ਪਹਿਲਾਂ ਅੰਮ੍ਰਿਤਸਰ ਤੇ ਲਿਆ 1 ਮਹੀਨੇ ਦਾ ਬੰਬ ਲਾ ਕੇ ਭੁੱਲ ਰੋੜੀ ਜਨਪਤ ਹੋਟਲ ਦੇ ਵਿੱਚ ਬੈਠੇ ਸੀ ਪਹਿਲੇ ਉਹਨਾਂ ਦੀ ਪਲੈਨਿੰਗ ਸੀ ਪੰਜਾਬ ਪਵਨ ਮਿਨਿਸਟਰੀ ਸੂਟ ਦੇ ਥੱਲੇ ਕੰਟੀਨ ਤੇ ਬੰਬ ਲਾਉਣਾ ਉੱਥੇ ਸੁਰੱਖਿਆ ਵਿਵਸਥਾ ਸੀ ਨਹੀਂ ਲਾ ਸਕੀ ਫਿਰ ਇਹ ਬੈਠੇ ਨੇ 1 ਮਹੀਨਾ ਤਿਆਰੀ ਕਰਦੇ ਰਹੇ ਔਰ ਪੰਜਾਬ ਦੇ ਆਫੀਸਰ ਨੇ ਦਿੱਲੀ ਨੂੰ ਕਿਹਾ ਬਿੱਟੇ ਦੇ ਬੰਬ ਚੱਲ ਸਕਦਾ ਪਰ ਧਿਆਨ ਨਹੀਂ ਕਿਸੇ ਨੇ ਦਿੱਤਾ ਮੈਨੂੰ ਸੁਰੱਖਿਆ ਦਿੱਤੀ ਆਈਟੀਬੀਪੀ 15 ਦਿਨ ਦੇ ਬਾਅਦ ਪਾਵਰਥ ਪ੍ਰਾਈਮ ਮਿਨਿਸਟਰ ਤੋਂ ਬਾਅਦ ਮੈਂ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਉਹ ਇੰਗਲੈਂਡ ਚਲੇ ਗਏ ਕਿਸੇ ਨੇ ਮੇਰੀ ਸੁਰੱਖਿਆ ਹਟਾਤੀ ਆਈਟੀਬੀਪੀ ਲੋ ਜੀ ਹਟਾਤੀ ਇੱਕ ਪੁਲਿਸ ਅਫਸਰ ਨੂੰ ਫੋਨ ਕੀਤਾ ਕੀ ਹੋ ਰਿ ਕਹਿੰਦਾ ਤੁਹਾਨੂੰ ਇੱਕ ਦਿਨ ਦੇਣਾ ਤੁਸੀਂ ਹੋਮ ਮਿਨਿਸਟਰ ਨੂੰ ਮੈਂ ਮੈਂ ਹੋਮ ਮਿਨਿਸਟਰ ਨੂੰ ਮਿਲਣ ਜਾ ਰਿਹਾ ਸੀ ਆਪਾਂ ਉਸ ਦਿਨ ਸੁਰੱਖਿਆ ਦੀ ਗੱਲ ਕਰ ਰਹੇ ਸੀ ਕਹਿੰਦਾ ਮੈਂ ਇੱਕ ਦਿਨ ਦੇਣਾ ਉਹ ਇੱਕ ਦਿਨ ਜਿਹੜਾ ਦਿੱਤਾ ਹੋਇਆ ਆਰ ਪੀ ਸਿੰਘ ਪੁਲਿਸ ਆਫੀਸਰ ਡੀਜੀਪੀ ਜਿਹੜਾ ਆਇਆ ਚੰਡੀਗੜ੍ਹ ਰਿਹਾ ਹੈ ਉਹਦਾ ਇੱਕ ਦਿਨ ਦਿੱਤਾ ਹੋਇਆ ਬਿੱਟਾ ਅੱਜ ਤੁਹਾਡੇ ਸਾਹਮਣੇ ਜੂਦਾ ਹੈ ਬੰਬ ਉਹਨਾਂ ਨੇ 40 ਕਿਲੋ ਆਰਡੀਐਸ ਲਾਤਾ ਅੰਮ੍ਰਿਤਸਰ 45 ਇੱਥੇ 40 40 ਕਿਲੋ ਬੰਬ ਲਾਤਾ ਜਾਣ ਲੱਗਾ ਹੋਮ ਮਿਨਿਸਟਰ ਨੂੰ ਮਿਲਣ ਵਾਸਤੇ ਇੱਕਦਮ ਮੇਰਾ ਪੀਏ ਆਇਆ ਕਹਿੰਦਾ ਜੀ ਤੁਹਾਡਾ ਟਾਈਮ ਹੋਮ ਮਿਨਿਸਟਰ ਦਾ ਅੱਗੇ ਹੋ ਗਿਆ ਬਾਰ ਕਮ ਸੇ ਕਮ 5-600 ਬੰਦਾ ਨਾਰੇ ਲਾਉਂਦਾ ਨਵਾਂ ਨਵਾਂ ਪ੍ਰੈਜ਼ੀਡੈਂਟ ਬਣਿਆ ਆਏ ਸੀ ਅਗਰ ਚੱਲਦਾ ਤੇ 5-600 ਬੰਦਾ ਮਰ ਜਾਂਦਾ ਸੀ 40 ਕਿਲੋ ਆਰਡੀਐਕ ਤਤਬਾਈ ਵਿਚਾਰਨ ਦਾ ਪੂਰੀ ਦਿੱਲੀ ਦੇ ਵਿੱਚ ਮੈਂ ਰੁਕ ਗਿਆ ਕੁਝ ਕੰਮ ਕਰਨ ਲੱਗ ਪਿਆ ਕੁਝ ਆਫੀਸਰ ਆਏ ਦਫਤਰ ਰੀਨੋਵੇਟ ਕਰਨਾ ਸੀ ਉਹ ਮੈਂ ਕੀਤਾ ਉਨੀ ਦਿਨ ਨੂੰ ਕਿੰਨੇ ਜੀ ਹੁਣ ਟਾਈਮ ਹੋ ਗਿਆ ਬਾਹਰ ਗਿਆ ਕੁਝ ਲੋਕ ਸੀ ਜਿਵੇਂ ਬਾਹਰ ਗਿਆ ਬੁਲੇਟ ਉਹ ਗਾੜੀ ਅਮਰਸਰ ਚੰਡੀਗੜ੍ਹ ਰਿਪੇਅਰ ਹੋਣ ਗਈ ਸੀ ਮਿਨਿਸਟਰੀ ਵਾਲੀ ਗਾੜੀ ਚ ਸੀ ਗਿਆ ਕਿਸੇ ਨੇ ਰਿਮੋਟ ਚਲਾਇਆ ਭੁੱਲ ਰੋਣਾ ਨੇ ਇੱਕਦਮ ਫਿਰ ਬਲਾਸਟ ਹੋਇਆ ਨੇ ਲੋਕ ਉਥੇ ਮਰ ਗਏ ਔਰ ਉਸ ਤੋਂ ਬਾਅਦ ਦਿੱਲੀ ਦਾ ਪੁਲਿਸ ਕਮਿਸ਼ਨਰ ਆਉਂਦਾ ਕੋਸ਼ਿਕ ਉਹ ਮੇਰਾ ਹਾਲ ਨਹੀਂ ਪੁੱਛਦਾ ਹੂੰ ਕਹਿੰਦਾ ਜੀ ਉਹ ਜਿਹੜੀ ਵਿਡਰਾਅ ਵਾਲੀ ਚਿੱਠੀ ਸੀ ਹੂੰ ਪਲੀਜ਼ ਉਹ ਪ੍ਰੈਸ ਨੂੰ ਨਾ ਦਿਖਾਣਾ ਮੈਂ ਕਿਹਾ ਨਹੀਂ ਦਿਖਾਂਦੇ ਉਹ ਕਹਿੰਦਾ ਸਰਕਾਰ ਆਪਣੀ ਪੁਲਿਸ ਆਪਣੀ ਪਤਾ ਨਹੀਂ ਕੀ ਗਲਤੀ ਹੋਈ ਮੈਨੂੰ ਕਿਸੇ ਨੇ ਕਿਹਾ ਓਏ ਤੇਰੇ ਤੇ ਅੱਗੇ ਐਨੇ ਗੋਲੀਆਂ ਬੰਬ ਚੱਲ ਗਏ ਉਹ ਜਿਹੜੀ ਤੇਰੀ ਸੁਰੱਖਿਆ ਵਡਰਾ ਹੋਈ ਪਹਿਲੇ ਰਜੀਵ ਗਾਂਧੀ ਚਲਾ ਗਿਆ ਪਤਾ ਤਾਂ ਕਰ ਉਹ ਐਪਲੀਕੇਸ਼ਨ ਦਿੱਤੀ ਹੋ ਮਨਿਸਟਰੀ ਅਜ ਤੱਕ ਫਾਈਲ ਹੀ ਗਾਇਬ ਹੋ ਗਈ ਕਿੰਨੇ ਸੁਰੱਖਿਆ ਵਿਦਰਾਹ ਕੀਤੀ ਕਿੰਨੇ ਕੀਤਾ ਕਿੰਨੇ ਟੈਰਰਿਸਟਾਂ ਦੇ ਅੱਗੇ ਸੋ ਪਤਾ ਹੀ ਨਹੀਂ ਲੱਗਾ ਦੁੱਖ ਹੁੰਦਾ ਦਰਦ ਹ ਉਸ ਚੀਜ਼ ਦਾ ਅੱਜ ਵੀ ਮੈਂ ਤੈਨੂੰ ਉਦੋਂ ਕਿਹਾ ਸੀ ਮੈਂ ਬੰਬਾਂ ਗੋਲੀਆਂ ਮੌਤ ਤੋਂ ਨਹੀਂ ਡਰਦਾ ਮੈਂ ਸਵੇਰੇ ਉੱਠ ਕੇ ਅਰਦਾਸ ਕਰਦਾ ਹੇ ਪ੍ਰਮਾਤਮਾ ਗੁਰੂ ਮਹਾਰਾਜ ਜਦੋਂ ਕੋਈ ਮੌਤ ਦੇਣਾ ਇਹ ਦੇਸ਼ ਦੀ ਖਾਤਰ ਪੰਜਾਬ ਦੀ ਅਮਨ ਦੀ ਖਾਤਰ ਅਮਨ ਸ਼ਾਂਤੀ ਦੀ ਖਾਤਰ ਭੈਣਾਂ ਦੇ ਸੁਹਾਗਾ ਦੀ ਪਹਿਲੇ ਵਾਂਗੂ ਰੱਖਿਆ ਕਰਦਾ ਬੱਬਾ ਗੋੜੀਆਂ ਨਾ ਦੇਣਾ ਪਰ ਪਰ ਗੰਦੀ ਰਾਜਨੀਤੀ ਪੋਲਿਟੀਕਲ ਟੈਰਰਿਜ਼ਮ ਨਾ ਕਦੀ ਮੌਤ ਨਾ ਦੇਣਾ ਤੇ ਮੈਂ ਰੋਜ਼ ਪ੍ਰੇਅਰ ਕਰਦਾ ਬੰਬਾਂ ਗੋੜੀਆਂ ਨਾ ਮੌਤ ਮੰਗਦਾ ਆਜੇ ਸ਼ਹੀਦ ਕਰਾਵਾਂਗਾ ਇਹ ਚਾਰ ਖਾਲਸਤਾਨੀ ਮਾੜੇ ਗੰਦੇ ਲਫ਼ਜ਼ਾਂ ਦਾ ਇਸਤੇਮਾਲ ਕਰਨ ਕੇ ਪੂਰੇ ਦੁਨੀਆ 'ਚ ਬੈਠਾ ਹੋਇਆ ਸੱਚਾ ਭਾਰਤੀ ਹਿੰਦੂ ਸਿੱਖ ਮੁਸਲਮਾਨ ਈਸਾਈ ਉਹ ਮੈਨੂੰ ਮੇਰੇ ਸਿਰ ਤੇ ਹੱਥ ਜ਼ਰੂਰ ਰੱਖੇਗਾ ਵੀ ਦੇਸ਼ਲੀ ਗਿਆ ਸੀ ਇਹ ਚਾਰਾਂ ਨੂੰ ਮੈਂ ਕੀ ਸਮਝਣਾ ਇਹ ਚਾਰ ਕੀ ਨੇ ਮੇਰਾ ਪੂਰੀ ਪੂਰਾ ਦੇਸ਼ ਦੇ ਕੋਨੇ-ਕੋਨੇ ਤੇ ਘੁੰਮਦਾ ਮੈਨੂੰ ਲੋਕ ਬੁਲਾਉਂਦੇ ਆ ਮੇਰੇ ਕੋਲ ਤਾਂ ਟਾਈਮ ਹੀ ਮੇਰੀ ਡੈਰੀ ਫੋਲਾ ਪੂਰੀ ਪੂਰੇ ਦੇਸ਼ ਦੇ ਕੋਨੇ-ਕੋਨੇ ਜਾਂ ਚਾਰ ਗਾਲਾਂ ਕੱਢਣ ਮੈਨੂੰ ਕੀ ਫਰਕ ਪੈਂਦਾ ਨਹੀਂ ਬਟਾ ਜੀ ਸ਼ਾਇਦ ਤੁਸੀਂ ਫਿਰ ਗੁੱਸਾ ਕਰ ਜੋ ਪਰ ਬਹੁਤ ਸਾਰੇ ਲੋਕ ਇਹ ਵੀ ਜ਼ਿਕਰ ਕਰਦੇ ਆ ਕਿ ਬਟਾ ਜੀ ਜਿਸ ਤਰੀਕੇ ਨਾਲ ਬੋਲਦੇ ਨਾ ਸਿੱਧਾ ਚੈਲੰਜ ਕਰਦੇ ਆ ਇਹ ਸਿਕਿਉਰਟੀ ਹਨ ਦੇ ਕੋਲ ਤਾਂ ਹੀ ਐਵੇਂ ਗੱਲਾਂ ਕਰਦੇ ਆ ਨਹੀਂ ਮੈਂ ਉਸ ਤੋਂ ਬਗੈਰ ਵੀ ਤਿਆਰ ਆ ਕੋਈ ਦਿੱਕਤ ਨਹੀਂ ਤੁਸੀਂ ਹੁਕਮ ਕਰੋ ਤੁਸੀਂ ਮੈਨੂੰ ਇੱਕ ਗੱਲ ਕਿ ਜਦੋਂ ਅੰਮ੍ਰਿਤਸਰ ਬੰਬ ਚੱਲਿਆ ਉਦੋਂ ਕਿੰਨੀਆਂ ਗੱਡੀਆਂ ਸੀ ਇਹ ਖਾਲਿਸਤਾਨ ਦਾ ਜ਼ਿਕਰ ਹੈ ਜਾਂ ਜਿਹੜੇ ਲਿਬਰੇਸ਼ਨ ਜਾਂ ਬੱਬਰ ਖਾਲਸਾ ਵਾਲੇ ਹੈਗੇ ਨਹੀਂ ਬੋਲਦੇ ਨਾ ਲੋਕ ਇਹਨਾਂ ਦੇ ਖਿਲਾਫ ਮੇਰੀ ਗੱਲ ਗੱਲ ਨਹੀਂ ਸਮਝਾਈ ਸਰਦਾਰ ਬੀਨ ਸਿੰਘ ਚੀ ਮੰਤਰੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੁਰੱਖਿਆ ਨਹੀਂ ਸੀ ਹੂੰ ਸੁਰੱਖਿਆ ਤਾਂ ਸੀ ਸੀ ਮੰਤਰੀ ਰਾਜੀਵ ਖਾਨੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੁਰੱਖਿਆ ਨਹੀਂ ਸੀ ਹੂੰ ਅਸੂਦ ਜਿਹੜਾ ਅਸੂਦ ਕੇ ਸੂਰੀ ਨੂੰ ਮਾਰ ਦਿੱਤਾ ਗਿਆ ਸੁਰਖ ਆਲੇ ਦੁਆਲੇ ਤੁਸੀਂ ਬੰਦੂਕਾਂ ਦੇਖੋ ਫਿਰ ਤੁਹਾਨੂੰ ਨਹੀਂ ਲੱਗਦਾ ਸੋਚ ਕੇ ਤੁਸੀਂ ਇਹਨਾਂ ਬਾਰੇ ਗੱਲ ਮੈਂ 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 ਕਈ ਵਾਰੀ ਚੈਲੰਜ ਕੀਤਾ ਮੈਂ ਇਹਨਾਂ ਨੂੰ ਇੱਕ ਵਾਰੀ ਬਾਰ-ਬਾਰ ਚੈਲੰਜ ਕਰਦਾ ਉਹ ਗੱਲ ਸੁਣ ਲਓ ਜੇ ਮੈਂ ਕਿਸੇ ਨੂੰ ਮਾਰਿਆ ਜੇ ਮੈਂ ਕਿਸੇ ਨੂੰ ਮਰਵਾਇਆ ਠੀਕ ਜਾਂ ਮੈਂ ਕਿਸੇ ਦੇ ਕੇਸ ਰਜਿਸਟਰ ਕਰਾਇਆ ਜਾਂ ਕਿਸੇ ਦਾ ਮੁਕਾਬਲਾ ਕਰਾਇਆ ਮੈਨੂੰ ਦੱਸੋ ਮੈਂ ਕਿੱਥੇ ਆਵਾਂ ਮੇਰੇ ਸਰੀਰ ਦੇ ਟੁਕੜੇ-ਟੁਕੜੇ ਕਰ ਦੇਣਾ ਜੇ ਮੈਨੂੰ ਸਾਬਤ ਕਰ ਦਿਓ ਕੱਲਾ ਹਾਂ ਤੁਹਾਡੇ ਨਾਲ ਔਰ ਲੜਨਾ ਇਕੱਲੇ ਆ ਰਿਹਾ ਮੈਂ ਤੁਹਾਡੇ ਨਾਲ ਬੜੀ ਖੁੰਦਕ ਪੈ ਗਈ ਕਿ ਗੱਲ ਕੀ ਹੋਗੀ ਫਿਰ ਮੈਨੂੰ ਤੁਹਾਡੇ ਨਾਲ ਖੁੰਦਕ ਬਹੁਤ ਹੋ ਗਈ ਫਿਰ ਇਸ ਤਰੀਕੇ ਨਾਲ ਕਿਉਂ ਹੋ ਗਿਆ ਦੇਖੋ ਖੁੰਦਕ ਹੈ ਸੱਚ ਤੇ ਖੜਿਆ ਹੂੰ ਕੰਪਰੋਮਾਈਜ਼ ਨਹੀਂ ਕੀਤਾ ਗੰਦੀ ਰਾਜਨੀਤੀ ਦਾ ਕੰਪਰੋਮਾਈਜ਼ ਨਹੀਂ ਕੀਤਾ ਮੈਂ ਫੀ मिनिस्टर ਨਹੀਂ ਬਣਿਆ ਜੇ ਦੁਬਾਰਾ ਟਿਕਟ ਦਿੱਤੀ ਕਾਂਗਰਸ ਨੇ ਇਥੇ ਆ ਸਾਹਮਣੇ ਅਮਰਸਰ ਅਜਿੰਦਰ ਸਿੰਘ ਠੇਕੇਦਾਰ ਫਾਰਮ ਗਲਤ ਭਰਤਾ ਕਵਰਿੰਗ ਕੈਂਡੀਡੇਟ ਤੇ ਕਰਤਾ ਅਸੀਂ ਜਿਹੜਾ ਮਿਸ਼ਨ ਸੀ ਪੈਣਾ ਦੇ ਸੁਹਾਗਾ ਦੀ ਰੱਖਿਆ ਦਾ ਬੱਚਿਆਂ ਨੂੰ ਯਤੀਮ ਹੋਣ ਤੋਂ ਬਚਾਉਂਦਾ ਪੰਜਾਬ ਦੀ ਅਮਨ ਸ਼ਾਂਤੀ ਸਾਡਾ ਪੂਰਾ ਆਇਆ ਅੱਜ ਅਸੀਂ ਪੂਰੇ ਹਿੰਦੁਸਤਾਨ ਚ ਚਲੇ ਕੇ ਅੱਜ ਦੇਖੋ ਅੱਜ ਕਰੋੜਾਂ ਰੁਪਏ ਦੀ ਰਾਸ਼ੀ ਸ਼ਹੀਦ ਪਰਿਵਾਰਾਂ ਨੂੰ ਜਿਹੜੇ ਸ਼ਹੀਦ ਹੋ ਜਾਂਦੇ ਨੇ ਜਵਾਨ ਅੱਜ ਪੂਰੇ ਹਿੰਦੁਸਤਾਨ ਚ ਮਿਲਦੀ ਮੇਰਾ ਸੰਘਰਸ਼ ਹੈ ਮੇਰੀ ਕ੍ਰਾਂਤੀ ਦਾ ਕੰਮ ਹੈ ਮੈਂ ਮਿਹਨਤ ਕੀਤੀ ਜਾਂ ਮੈਂ ਇੱਥੇ ਲੁੱਟਖੋਟ ਕਰਦਾ ਜਾਂ ਮੈਂ ਮਿੱਟੀ ਰੇਤਾ ਵੇਚਦਾ ਜਾਵੇਂ ਸ਼ਰਾਬ ਦੀ ਨਕਲੀ ਬਣਾ ਕੇ ਜਿਹੜੀ ਕਰੋਨਾ ਕਾਲ ਦੇ ਵਿੱਚ ਕਈ ਐਮਐਨਏ ਮੰਤਰੀਆਂ ਨੇ ਵੇਚੀ ਜਾਂ ਤੇ ਮੈਂ ਉਹ ਕਰਦਾ ਮੈਨੂੰ ਜਦੋਂ ਇੱਕ ਜ਼ਿੰਦਗੀ ਬੋਨਸ ਦੀ ਰੱਬ ਨੇ ਦਿੱਤੀ ਬਾਰ-ਬਾਰ ਮਰ ਕੇ ਬਚਿਆ ਮੈਂ ਗੰਦੇ ਕਰਮ ਕਿਉਂ ਕਰਾਂ ਮੈਂ ਪੂਰੇ ਦੇਸ਼ ਦੇ ਸ਼ਹੀਦ ਪਰਿਵਾਰਾਂ ਲਈ ਕੰਮ ਕਰਦਾ ਉਹਨਾਂ ਦੇ ਬੱਚਿਆਂ ਨੂੰ ਐਡਮਿਸ਼ਨ ਆ ਦਿਖਾਉਣਾ ਉਹਨਾਂ ਦੀ ਹੋਰ ਜੋ ਸਹਾਇਤਾ ਮੈਂ ਉਹ ਕਰਦਾ ਬੰਬ ਬਲਾਸਟ ਨੂੰ ਛੱਡ ਕੇ ਕਿਸੇ ਦਿਨ ਲੱਗਿਆ ਕਿ ਅੱਜ ਸ਼ਾਇਦ ਮੇਰਾ ਆਖਰੀ ਦਿਨ ਹੈ ਐਵੇਂ ਐਵੇਂ ਕੋਈ ਫੀਲਿੰਗ ਆਈ ਬੰਬ ਬਲਾਸਟ ਵਾਲੇ ਦਿਨ ਆਈ ਕਿ ਲੱਗਿਆ ਕਿ ਨਹੀਂ ਹੁਣ ਸ਼ਾਇਦ ਮੈਂ ਨਹੀਂ ਮਰਿਆ ਮੇਰਾ ਮੂੰਹ ਤੋਂ ਇੱਕੋ ਹੀ ਗੱਲ ਨਿਕਲੀ ਦੋਨੋਂ ਵਾਰੀ ਬਚ ਹੂੰ ਆ ਜੋ ਮੈਨੂੰ ਯਾਦ ਬੱਟ ਕੇ ਬਈ ਤੂੰ ਮੈਂ ਆਪਣੀ ਜ਼ਿੰਦਗੀ ਦਾ ਰੋਜ਼ ਦਾ ਜਿਹੜਾ ਦਿਨ ਹੈ ਮੇਰੀ ਦੇਖੋ ਮੇਰੀ ਮੌਤ ਨਾ ਯਾਰੀ ਹਰਬੰਸ ਸਿੰਘ ਰਾਗੀ ਇੱਕ ਜਗਾਧਰੀ ਵਾਲੇ ਉਹਨਾਂ ਦੇ ਕੋਲ ਤੁਸੀਂ ਪਰਵਚਨ ਸੁਣਨਾ ਉਹਨਾਂ ਕਹਿੰਦਾ ਆਦਮੀ ਦਮ ਦੇ ਪਲ ਦੀ ਖਬਰ ਨਹੀਂ ਕਹਿੰਦਾ ਪਾਪ ਨਾ ਕਰ ਬੰਦੇ ਆ ਠੀਕ ਹੈ ਨਾ ਪਲ ਦਾ ਪਤਾ ਨਹੀਂ ਮੇਰੀ ਜ਼ਿੰਦਗੀ ਇੱਕ ਬੋਨਸ ਹੈ ਤੁਸੀਂ ਕਿਵੇਂ ਕਹਿੰਦੇ ਯਾਰ ਤੁਸੀਂ ਐਕਟਿਵ ਹੋਵੋ ਮੈਂ ਕੀ ਹੋਵਾਂਗਾ ਮੇਰੀ ਜ਼ਿੰਦਗੀ ਬੋਨਸ ਹੈ ਮੈਂ ਮਰ ਚੁੱਕਿਆ ਮੈਨੂੰ ਰੱਬ ਨੇ ਇਹ ਤਮਾਸ਼ਾ ਦੇਖਣ ਨੂੰ ਜਗ੍ਹਾ ਦੇਖਿਆ ਜਿਹੜਾ ਤਮਾਸ਼ਾ ਦੇਖਦਾ 40 ਸਾਲ ਦਾ ਜਿਹੜਾ ਤੁਹਾਨੂੰ ਮੈਂ ਕਹਿੰਦਾ 40 ਸਾਲਾਂ ਦੇ ਅੰਦਰ ਪੰਜਾਬ ਦੀ ਧਰਤੀ ਲਹੂ ਲਹਾਨ ਹੋਈ ਕਿ ਪੰਜਾਬ ਦੀ ਧਰਤੀ ਠੀਕ ਕਰ ਪਾਏ ਅੱਜ ਅਸੀਂ ਸਾਰੇ ਸੁਰੱਖਿਆ ਕਵਰ ਚਾ ਮੈਂ ਵੀ ਆਉਂਦੇ ਹੋਰ ਵੀ ਨਹੀਂ ਅਸੀਂ ਸੁਰੱਖਿਆ ਵਧਾਉਂਦੇ ਜਾ ਰਹੇ ਹਾਂ ਸਭ ਦੀ ਕਿ 40 ਸਾਲਾਂ ਦੇ ਅੰਦਰ ਅਸੀਂ ਪੰਜਾਬ ਦਾ ਸੁਰੱਖਿਆ ਕਵਚ ਜਿਹੜਾ ਉਹ ਘਟਣਾ ਚਾਹੀਦਾ ਸੀ ਸੁਰੱਖਿਆ ਆਮ ਲੋਕਾਂ ਦੀ ਚਾਹੀਦੀ ਸੀ ਟ੍ਰੈਫਿਕ ਫਰਸਟ ਕਲਾਸ ਪਹਿਲੇ ਵਰਗੀ ਚਾਹੀਦੀ ਸੀ ਕਿਸੇ ਵਿਚਾਰੇ ਨੂੰ ਜਾਨ ਲੱਗਿਆ ਕਿਸੇ ਹਸਪਤਾਲ ਚ ਕਿਤੇ ਤਕਲੀਫ ਨਾ ਹੋਵੇ ਜਿੱਦਾਂ ਕਿਸਾਨ ਅੰਦੋਲਨ ਜਾਂ ਹੋਰ ਚੱਲ ਰਹੇ ਨੇ ਅੱਜ ਸੁਰੱਖਿਆ ਤਾਂ ਲੱਗੀ ਸਾਡੇ ਵਰਗੇ ਲੋਕਾਂ ਨੂੰ ਅੱਜ ਵੀ ਲੱਖਾਂ ਦੀਆਂ ਹਜ਼ਾਰਾਂ ਦੀਆਂ ਲੈਣਾ ਮੈਨੂੰ ਸੁਰੱਖਿਆ ਦੇ ਦਿਓ ਨਹੀਂ ਉਹ ਸਰਕਾਰਾਂ ਕਹਿੰਦੀਆਂ ਨੇ ਕਿ ਸਬਸਿਡੀ ਖੁਦ ਦੇ ਮਤਲਬ ਖੁਦ ਸਬਸਿਡੀ ਨੂੰ ਛੱਡ ਦੋ ਉਹ ਐਸੀਆਂ ਕਈ ਸਕੀਮਾਂ ਦਾ ਜ਼ਿਕਰ ਹੁੰਦਾ ਤੁਹਾਨੂੰ ਲੱਗਦਾ ਕਿ ਉਹ ਟਾਈਮ ਆ ਗਿਆ ਜਦੋਂ ਲੋਕ ਖੁਦ ਕਹਿਣ ਕਿ ਸਾਨੂੰ ਨਹੀਂ ਸਿਕਿਉਰਿਟੀ ਚਾਹੀਦੀ ਮੈਂ ਤੁਹਾਨੂੰ ਦੱਸਣਾ ਕਿ ਕੋਈ ਸ਼ੁਰੂ ਕਰੇ ਕਿ ਹਾਂ ਮੈਂ ਕਹ ਰਿਹਾ ਜੀ ਮੇਰੇ ਨਾਲ ਪੰਜ ਸਿਕਿਉਰਿਟੀ ਗਾਰਡਸ ਨੇ ਮੈਨੂੰ ਨਹੀਂ ਚਾਹੀਦੇ ਮੈਂ ਆਪਣੇ ਆਪ ਸੰਭਾਲ ਲਵਾਂ ਮੈਂ ਉਹਦੀ ਉਦਾਹਰਨ ਕਰੋਨਾ ਕਾਲ ਆਇਆ ਹੂੰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਮਗਰੋਂ ਕੋਰੋਨਾ ਕਾਲ ਚ ਮੈਂ ਆਪ ਆਪਣੇ 25 ਜاتی ਕਮਾਂਡੋ ਫਰਸ ਕਲਾਸ ਮੈਂ ਵਾਪਸ ਦਿੱਤੇ ਹੂੰ ਮੈਂ ਦਿੱਲੀ ਗਵਰਨਮੈਂਟ ਨੂੰ ਵੀ ਲਿਖਿਆ ਫੈਡਰਲ ਗਵਰਨਮੈਂਟ ਨੂੰ ਮੈਂ ਮੈਂ ਕੋਠੀ ਤੋਂ ਨਹੀਂ ਜਾਣਾ ਮੈਂ ਆਪਣੇ ਅੰਦਰ ਰਹਿਣਾ ਮੇਰੇ ਘਰ ਦੀ ਆਸ-ਪਾਸ ਲੱਗੀ ਲੱਗੀ ਰਵੇ ਬਾਕੀ ਮੈਂ ਵਾਪਸ ਦਿੱਤੇ ਮੈਂ ਤੁਹਾਨੂੰ ਰਿਕਾਰਡ ਦੱਸ ਦੇਣਾ ਮੈਂ ਪਹਿਲ ਕੀਤੀ ਮੈਂ ਅੱਜ ਵੀ ਕਹਿਣਾ ਕਿਤੇ ਇਹੋ ਜਿਹੇ ਵੇਲੇ ਹੁਣ ਇਸ ਵੇਲੇ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਹੂੰ ਦਿੱਲੀ ਚ ਇਲੈਕਸ਼ਨ ਸਾਨੂੰ ਦਿੱਲੀ ਪੁਲਿਸ ਦਾ ਮੈਸੇਜ ਆਇਆ ਹੋਮ ਮਿਨਿਸਟਰੀ ਦਾ ਕਿ ਅਸੀਂ ਤੁਹਾਡੇ 20 ਬੰਦੇ ਹਟਾ ਰਹੇ ਹਾਂ ਓਕੇ ਮਾਣੀ ਕਹਾਂ ਜੀ ਮੇਰੇ ਬੰਦੇ ਰੱਖੋ ਹੂੰ 26 ਜਨਵਰੀ ਆਉਂਦੀ 15 ਅਗਸਤ ਆਉਂਦਾ ਬੰਦੇ ਘੱਟ ਕਰਦੇ ਨੇ ਹੁੰਦਾ ਹੁੰਦਾ ਇਹ ਸਾਨੂੰ ਪਹਿਲ ਦੇਖੋ ਸਭ ਨੂੰ ਪਹਿਲ ਦੀ ਗੱਲ ਇਹ ਆ ਵੀ ਸਾਡਾ ਤੁਸੀਂ ਸੀਕਰਟ ਦੱਸ ਰਹੇ ਹੋ ਇਹ ਮੈਂ ਕੋਈ ਕੋਈ ਸੀਕਰਟ ਕਰਾਂ ਸਾੱਚੇ ਲੋਕਾਂ ਨੂੰ ਤਾਂ ਦੱਸਾਂਗੇ ਤਾਂ ਆ ਹੀ ਨਾ ਅਸੀਂ ਪਹਿਲ ਤਾਂ ਕਰੀਏ ਪਰ ਅਸੀਂ ਪਹਿਲ ਕੀ ਕਰਦੇ ਜਦੋਂ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਨੂੰ ਜ਼ਿੰਦਗੀ ਚ ਦੋ ਵਾਰੀ ਅਫਸਰ ਨੂੰ ਫਾਂਚੀ ਦਿਵਾਉਣ ਵੇਲੇ ਫੋਨ ਆਇਆ ਜਾਂ ਤਿਰੰਗਾ ਝੰਡਾ ਜਿਹੜਾ ਲਹਿਰਾਉਣਾ ਸੀ ਇਹ 83 ਦੀ ਗੱਲ ਕਰਦਾ ਜੀ ਠੀਕ ਹੈ ਨਾ ਸਾਡੇ ਜਿਹੜੇ ਇਨਪੁਟ ਨੇ ਉਹ ਏਜੰਸੀਸ ਕੋਲ ਜਾਂ ਸਰਕਾਰਾਂ ਕੋਲ ਹੋ ਸਕਦੇ ਆ ਮੈਨੂੰ ਟੈਲੀਫੋਨ ਤੇ ਫੋਨ ਨਹੀਂ ਆਇਆ ਮੈਂ ਕਹਾਂ ਹਾਏ ਮੈਨੂੰ ਫੋਨ ਆ ਗਿਆ ਮੈਨੂੰ ਬੜਾ ਖਤਰਾ ਵਾਏ ਅਸੀਂ ਭੁੱਲਦੇ ਆ ਅਸੀਂ ਲੜਦੇ ਆ ਅਸੀਂ ਸ਼ਾਂਤੀ ਦੀ ਗੱਲ ਕਰਦੇ ਆ ਸਾਨੂੰ ਖਤਰਾ ਹੁੰਦਾ ਉਹ ਉਹ ਜਾਣਨ ਅਸੀਂ ਰੌਲਾ ਨਹੀਂ ਪਾਇਆ ਜਦੋਂ ਤੁਸੀਂ ਮੇਰੇ ਵਰਗੇ ਬੰਦੇ ਨੂੰ ਟੈਲੀਫੋਨ ਤੇ ਕੋਈ ਥ੍ਰੈਟ ਨਹੀਂ ਕਰ ਸਕਦਾ ਤੇ ਤੁਸੀਂ ਆਮ ਜਿਹੜਾ ਇਹ ਭੀੜ ਮੰਢੀਰ ਲੱਗ ਗਈ ਮੈਨੂੰ ਫੋਨ ਆਇਆ ਮੈਨੂੰ ਫੋਨ ਆਇਆ ਵੀ ਤੁਸੀਂ ਫੇਸਬੁੱਕਾਂ ਤੇ ਕਿਉਂ ਇਹੋ ਜਿਹੇ ਕੰਮ ਕਰਦੇ ਹੋ ਹੁਣ ਆਪਾਂ ਫੇਸਬੁੱਕਾਂ ਦੀ ਗੱਲ ਕਰ ਲਈਏ ਫੇਸਬੁੱਕਾਂ ਤੇ ਅਸੀਂ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਜਾਣ ਬੁੱਝ ਕੇ ਪਾਨੇ ਆ ਜਿਹੜਾ ਕਿਸੇ ਨੂੰ ਆ ਚੰਗਾ ਲੱਗੇ ਫਿਰ ਸਾਨੂੰ ਥ੍ਰੈਟ ਹੁੰਦਾ ਤੈਨੂੰ ਸ਼ਾਮ ਤੱਕ ਮਾਰ ਦੇਵਾਂਗੇ ਫਿਰ ਅਸੀਂ ਪੁਲਿਸ ਨੂੰ ਕੰਪਲੀਟ ਕਰਦੇ ਆ ਜੀ ਮੈਨੂੰ ਤੂੰ ਕਿਉਂ ਪਾਇਆ ਵੀ ਫੇਸਬੁੱਕ ਤੇ ਤੂੰ ਕਿਸੇ ਧਰਮ ਮਜ਼ਬਦ ਦੇ ਖਿਲਾਫ ਕਿਉਂ ਜ਼ਹਿਰ ਭਰਿਆ ਵੀ ਮੇਰੀ ਗੱਲ ਸਮਝੇ ਹੁਣ ਇਸ ਵੇਲੇ ਜਿਵੇਂ ਤੁਸੀਂ ਕਹਿੰਦੇ 골ਡੀ ਆਇਆ ਬਾਹਰ ਇੱਥੇ ਆਇਆ ਕੋਈ ਵੀ ਦੇਖੋ ਪੰਜਾਬ ਦਾ ਰਹਿਣ ਵਾਲਾ ਮੋਗਾ ਦਾ ਰਹਿਣ ਵਾਲਾ ਠੀਕ ਹੈ ਕੋਈ ਵੀ ਉਹਦੇ ਸੰਪਰਕ ਚ ਹੋਏਗਾ ਪਿਛਲੇ ਟਾਈਮ ਤੇ ਪੰਜਾਬ ਦੀ ਸੁਰੱਖਿਆ ਘੱਟ ਕਰਨ ਦੀ ਇੱਕ ਮਹਿੰਮ ਚੱਲੀ ਠੀਕ ਹੈ ਮੈਂ ਹਮ ਚੱਲੀ ਤੇ ਕਈਆਂ ਨੇ ਕਹਤਾ ਜੀ ਮੈਨੂੰ ਫੋਨ ਆਇਆ ਮੈਨੂੰ ਬੜੇ ਬੜੇ ਸੀਨੀਅਰ ਮੈਨੂੰ ਫੋਨ ਆਇਆ ਮੈਨੂੰ ਫੋਨ ਆਇਆ ਪਹਿਲਾਂ ਤਾਂ ਕੋਈ ਨਹੀਂ ਬੋਲਿਆ ਹੁਣ ਤਾਂ ਚੁੱਪ ਨੇ ਮੇਰੀ ਗੱਲ ਸੁਣੋ ਇੱਥੋਂ ਉੱਥੇ ਕਹਿਣਾ ਕਿਸੇ ਨੂੰ ਐਂ WhatsApp ਨਾਲ ਮੈਸੇਜ ਭੇਜਣਾ ਫੋਨ ਆਇਆ ਜੀ ਮੈਨੂੰ ਮਨ ਗੋਲਦੀਪਰਾੜ ਕਿਹਾ ਵੀ ਆਪ ਫੋਨ ਵੀ ਆਪੇ ਵਾ ਯਾਰ ਅਸੀਂ ਤਾਂ ਜਿਹੜੇ ਪੋਲੀਟੀਸ਼ੀਅਨ ਹਨਾ ਐਡੇ ਤਕੜੇ ਹਨਾ ਪੋਲੀਟੀਸ਼ੀਅਨ ਆਡੇ ਤੇ ਕਰਾ ਆ ਤੇ ਸਾਨੂੰ ਕੋ ਫੋਨ ਕਰੇਗਾ ਪੋਲਿਟਿਸ਼ੀਨ ਅਸੀਂ ਤੇ ਚੰਡੇ ਹੋਏ ਲੋਕ ਹਾਂ ਆਮ ਲੋਕਾਂ ਦੀ ਸੁਰੱਖਿਆ ਪੰਜਾਬ ਦੇ ਅੰਦਰ ਜ਼ਰੂਰੀ ਹੈ ਟ੍ਰੈਫਿਕ ਪੁਲਿਸ ਨੂੰ ਪੰਜਾਬ ਚ ਬਿਹਤਰਨ ਕਰਨ ਦੀ ਲੋੜ ਹੈ ਉਹ ਤਾਂ ਹੀ ਹੋਏਗੀ ਨਾ ਜੇ ਅਸੀਂ ਫੋਰਸਿਸ ਨੂੰ ਕਰਾਂਗੇ ਜੇ ਰੋਜ਼ ਇਹੀ ਕਹੇਗਾ ਠੀਕ ਹੈ ਮਤਲਬ ਤੁਸੀਂ ਕਹਿੰਦੇ ਹੋ ਕਿ ਸਿਕਿਉਰਿਟੀ ਰਿਵਿਊ ਹੋਣੀ ਚਾਹੀਦੀ ਆਪਣੇ ਕੋਲ ਸਮਾਂ ਬਹੁਤ ਪੂਰਾ ਪੂਰਾ ਹੈ ਮੈਂ ਦੋ ਤਿੰਨ ਤਿੰਨ ਚੀਜ਼ਾਂ ਜਾਣਨੀ ਆ ਚਾਹਨਾ ਹੈ ਪੰਜਾਬ ਦੇ ਲਈ ਕੋਈ ਥ੍ਰੈਟ ਨਜ਼ਰ ਆ ਰਿਹਾ ਹੈ ਇਸ ਸਮੇਂ ਤੁਹਾਨੂੰ ਪਾਕਿਸਤਾਨ ਤੋਂ ਵੀ ਵੱਡਾ ਦੇਖੋ ਇੰਡੀਵਿਜੂਅਲ ਲੱਗਦਾ ਤੁਹਾਨੂੰ ਕੋਈ ਹੈ ਪੰਜਾਬ ਦੇ ਲਈ ਥ੍ਰੈਟ ਹੈ ਜੋ ਜੋ ਉਹਦੇ ਬਿਆਨ ਜਾਂ ਫਿਰ ਤੁਹਾਨੂੰ ਲੱਗਦਾ ਕਿ ਉਹਦੀਆਂ ਮੂਵਮੈਂਟਸ ਦੇਖੋ ਮੈਂ ਪਿਛਲੀ ਵਾਰੀ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਸਾਡੀਆਂ ਜ਼ਬਾਨਾਂ ਤੇ ਲਗਾਮ ਲੱਗਣੀ ਚਾਹੀਦੀ ਹੂੰ ਠੀਕ ਹੈ ਨਾ ਹੈ ਅਸੀਂ ਪੰਜ ਛੇ ਬੰਦੇ ਆ ਝਾਰਾ ਬੰਦਿਆਂ ਦੀ ਤਾਦਾਦ ਨਹੀਂ ਹੈ ਸਾਡੀਆਂ ਜ਼ਬਾਨਾਂ ਤੇ ਕੰਟਰੋਲ ਹੋਣਾ ਚਾਹੀਦਾ ਹੂੰ ਵਕਤ ਹੈ ਕੌਣ ਬੰਦਾ ਬਿਆਨ ਦੇ ਰਿਹਾ ਉਹਨੂੰ ਉਹਰੇ ਬਿਆਨਾਂ ਨੂੰ ਕਿੰਦਾ ਚੰਗੀ ਤਰ੍ਹਾਂ ਸੁਣ ਰਿਹਾ ਹੈ ਇਹ ਨਹੀਂ ਵੀ ਰੋਜ਼ ਉੱਠ ਕੇ ਆਪਾਂ ਰੋਜ਼ ਡੈਸ਼ਟ ਫਨਾਉਂਦਾ ਕੋਸ਼ਿਸ਼ ਕਰੀਏ ਜਿੱਦਾਂ ਆਪਾਂ ਅੰਮ੍ਰਿਤਪਾਲ ਦੀ ਗੱਲ ਕੀਤੀ ਆਪਾਂ ਨੂੰ ਇਹਨਾਂ ਚੀਜ਼ਾਂ ਨੂੰ ਹੁਣ ਬੰਦ ਕਰ ਦੇਣਾ ਚਾਹੀਦਾ ਕਰੀ ਜਾ ਤੂੰ ਕੀ ਕਰਨਾ ਜਦ ਲੋਕ ਖੜੇ ਨੇ ਜਦ ਲੋਕ ਇਕੱਠੇ ਨੇ ਹਿੰਦੂ ਸਿੱਖ ਇਕਤਾ ਤੇ ਕੋਈ ਫਰਕ ਹੀ ਨਹੀਂ ਤੇ ਬਾਰ-ਬਾਰ ਉਹਨੂੰ ਵੀ ਨਹੀਂ ਕਰਨਾ ਚਾਹੀਦਾ ਤੇ ਉਹਦੇ ਨਾਂ ਤੇ ਆਪਾਂ ਨੂੰ ਪੋਲਿਟਿਕਸ ਵੀ ਨਹੀਂ ਕਰਨੀ ਚਾਹੀਦੀ ਸਾਨੂੰ ਪਾਕਿਸਤਾਨ ਤੋਂ ਥ੍ਰੈਟ ਹੈ ਪਾਕਿਸਤਾਨ ਸਾਡੀ ਹਰ ਮੂਮੈਂਟ ਅੰਮ੍ਰਿਤਪਾਲ ਤੋਂ ਕੋਈ ਥ੍ਰੈਟ ਨਹੀਂ ਦੇਖੋ ਉਹਦਾ ਥ੍ਰੈਟ ਮੈਂ ਸਮਝਦਾ ਮੀਡੀਆ ਦਾ ਜ਼ਰੂਰਤ ਤੋਂ ਜ਼ਿਆਦਾ ਬਣਾਇਆ ਹੋਇਆ ਹਨ ਉਹਨੂੰ ਉਹ ਹਾਈਲਾਈਟਿੰਗ ਕਰ ਜਿੱਦਾਂ ਤੁਸੀਂ ਉਹਨੂੰ ਤੁਸੀਂ ਦਾਉ ਦੇ ਇਬਰਾਹਿਮ ਦੀ ਗੱਲ ਸੁਣੋ ਦਾਉ ਦੇ ਇਬਰਾਹਿਮ ਨੂੰ ਰੋਜ਼ ਚੈਨਲਾਂ ਤੇ ਦਿਖਾਇਆ ਜਾਂਦਾ ਸੀ ਨਰਿੰਦਰ ਮੋਦੀ ਤੋਂ ਪਹਿਲਾਂ ਹੂੰ ਕਿਹੜਾ ਚੈਨਲ ਸੀ ਵੱਡਾ ਜਿਹੜਾ ਦਾਉ ਦੇ ਇਬਰਾਹਿਮ ਨੂੰ ਨਹੀਂ ਦਿਖਾਉਂਦਾ ਸੀ ਅੱਜ ਦਾਉ ਦੇ ਇਬਰਾਹਿਮ ਨੂੰ ਕੋਈ ਦਿਖਾਉਂਦਾ ਕਿੱਥੇ ਹੈ ਦਾਉ ਦੇ ਇਬਰਾਹਿਮ ਨਾਮ ਸੁਣਿਆ ਤੁਸੀਂ ਬੰਦ ਕਰ ਦਿਓ ਤੁਸੀਂ ਸਾਨੂੰ ਵੀ ਨਾ ਦਿਖਾਓ ਉਹਨਾਂ ਨੂੰ ਵੀ ਨਾ ਦਿਖਾਓ ਬਿਆਨ ਹੀ ਨਾ ਤੁਸੀਂ ਪੰਜਾਬ ਦੀ ਡਿਵੈਲਪਮੈਂਟ ਦੇਸ਼ ਦੀ ਤਰੱਕੀ ਨਰਿੰਦਰ ਮੋਦੀ ਨੇ ਇੰਨੇ ਕੰਮ ਰਾਸਤੇ 'ਚ ਕੀਤੇ ਨੇ ਔਰ ਕਈ ਕੰਮ ਨੇ ਉਹਨਾਂ ਦੀ ਪੰਜਾਬ ਦੇ ਲੋਕਾਂ ਦੀਆਂ ਸਹੂਲਤਾਂ ਦੇਸ਼ ਦੀਆਂ ਸਹੂਲਤਾਂ ਉਹਨਾਂ ਨੂੰ ਹਾਈਲਾਈਟ ਕਰੀਏ ਤੁਸੀਂ ਛੱਡੋ ਇਹਨਾਂ ਨੂੰ ਜਦਨ ਤੁਸੀਂ ਦਾਉ ਦੇਵਰਾਹਮ ਵਾਂਗੂ ਇਹੋ ਜਿਹਾ ਠੀਕ ਹੈ ਮਤਲਬ ਗੱਲ ਨਾ ਗੱਲ ਨਾ ਹੋਵੇ ਖਾਲਿਸਤਾਨ ਦੇ ਨਾਰੇ ਥ੍ਰੈਟ ਹੈ ਹੈ ਖਾਲਿਸਤਾਨ ਵਾਲੇ ਨਾਰੇ ਕਦੇ ਕਿਸੇ ਆਫਿਸ ਦੇ ਬਾਹਰ ਲਿਖਦਾ ਝੰਡਾ ਲਗਾਉਂਦਾ ਲਿਖ ਦਿੰਦਾ ਕੋਈ ਨਾਰੇ ਲਾਗੇ ਕਿਸੇ ਥਾਂ ਦੇ ਉੱਤੇ ਦੇਖੋ ਜੀ ਇਹ ਪੰਨੂ ਦੀ ਇੱਕ ਸਾਜਿਸ਼ ਹੈ ਨਾ ਖਾਲਿਸਤਾਨ ਬਣਿਆ ਸੀ ਨਾ ਬਣੇਗਾ ਨਾ ਬਣਨ ਕਦੀ ਦੇਾਂਗੇ ਇਹ ਸਿਰਫ ਇੱਕ ਡਰਾਮਾ ਹੈ ਇਹ ਇੱਕ ਹਵਾ ਹੈ ਮੈਂ ਕੱਲ ਵੀ ਕਹਿ ਰਿਹਾ ਸੀ ਮੀਡੀਆ ਨੂੰ ਵੀ ਕਹਿ ਰਿਹਾ ਸੀ ਖਾਲਿਸਤਾਨ ਦਾ ਜਿੱਥੇ ਨਾਰਾ ਲਿਖਿਆ ਜਾਂਦਾ ਜਿਹੜਾ ਲੋਕਾਂ ਦਾ ਆਦਮੀ ਹੋਵੇ ਉਹਨੂੰ ਮਿਟਾ ਦੇ ਇਹਨੂੰ ਅਖਬਾਰਾਂ 'ਚ ਨਾ ਛਾਪੋ ਇਹਨੂੰ ਮੀਡੀਆ 'ਚ ਨਾ ਦਿਖਾਓ ਖਾਲਿਸਤਾਨ ਜਿਹੜਾ ਬੰਨਾਈ ਨਹੀਂ ਖਾਲਿਸਤਾਨ ਦੇ ਨਾਲ ਕੋ ਜੁੜਿਆ ਹੀ ਨਹੀਂ ਤੇ ਨਾਰੇ ਆ ਤੇ دہشتਕਾਰੀ ਅਜਿੱਥੇ ਵੜ ਗਿਆ ਤੁਹਾਡੀਆਂ ਵੀ ਖਬਰਾਂ ਬਣ ਜਾਈਆਂ ਨੇ ਮੇਰਾ ਇਹ ਵਿਚਾਰ ਹੈ ਅੰਮ੍ਰਿਤਸਰ ਦੇ ਜਾਂ ਪੰਜਾਬ ਦੇ ਲੋਕਾਂ ਨੂੰ ਜਿੱਥੇ-ਜਿੱਥੇ ਪਿੰਡਾਂ ਚੱਲੇ ਜਿੱਥੇ ਲੱਗੇ ਉਹਨੂੰ ਮਿਟਾ ਕੇ ਖਤਮ ਕਰਨ ਮੈਂ ਪੁਰਾਣੀ ਇੱਕ ਛੋਟੀ ਜਿਹੀ ਗੱਲ ਸੁਣਾਉਣਾ ਜੀ ਜਦੋਂ ਅੰਮ੍ਰਿਤਸਰ ਦੇ ਅੰਦਰ ਹੂੰ ਜਦੋਂ ਗੋੜੀਆਂ ਵੱਜ ਰਹੀਆਂ ਸੀ ਜਦੋਂ ਦੀਵਾਰਾਂ ਤੇ ਨਾਰੇ ਲਿਖੇ ਜਾਂਦੇ ਸੀ ਤੋਤੀ ਟੋਪੀ ਜਮਣਾਪਾਰ ਇੱਥੇ ਖਣਤਨ ਬਣੇਗਾ ਮੈਂ ਆਪਣੇ ਨੌਜਵਾਨ ਨਾਲ ਕਦੀ ਸਾਈਕਲ ਕਦੀ ਸਕੂਟਰ ਤੇ ਚਿੱਟਾ ਤੇ ਕਾਲੇ ਰੰਗ ਦਾ ਡੱਬਾ ਲੈ ਕੇ ਅੰਮ੍ਰਿਤਸਰ ਦੀ ਗੱਲ ਕਰਦਾ ਹਰ ਮੰਦਰ ਸਾਧ ਦੇ ਆਲੇ-ਦੁਆਲੇ ਸਰਕਟ ਰੋਤੇ ਰਾਤ ਨੂੰ ਕਾਲੇ ਰੰਗਣਾ ਮਿਟਾ ਕੇ ਚਿੱਟੇ ਰੰਗ ਦੇ ਨਾਲ ਲਿਖਦੇ ਸੀ ਭਾਰਤ ਮਾਂ ਦੇ ਚਾਰ ਸਿਪਾਹੀ Hindu Muslim Sikh Sai ਭਾਰਤ ਇੱਕ ਧਰਮ ਦੇ ਪਹਿਲਮ ਰਾਤ ਗੋਲੀਆਂ ਚਲਦੀਆਂ ਸੀ ਖਾਂਦੇ ਸੀ ਉਹ ਨਾਅਰੇਆਂ ਨੂੰ ਲਿਖਦੇ ਸੀ ਅੱਜ ਕਿੱਥੇ ਆ ਜੀ ਤੁਸੀਂ ਅੱਜ ਤੋਂ ਤੁਸੀਂ ਤਾਂ ਉਹ ਛੋਟੇ ਹੋਗੇ بڑے ਜਾਂ ਨਹੀਂ ਦੇਖਿਆ ਹੋਵੇਗਾ ਅਸੀਂ ਬਟਪਨ ਦੇ ਵਿੱਚ ਹਰ ਚੌਂਕ ਦੇ ਅੰਦਰ ਹਿੰਦੁਸਤਾਨ ਦੇ ਕੋਨੇ-ਕੋਨੇ ਹਰ ਚੌਂਕ ਤੇ ਅੰਦਰ ਨਾਅਰੇ ਲਿਖੇ ਜਾਂਦੇ ਸੀ ਭਾਰਤ ਮਾ ਕੇ ਚਾਰ ਸਿਪਾਹੀ ਹਿੰਦੂ ਮੁਸਲਮਾਨ ਸਿੱਖ ਈਸਾਈ ਭਾਰਤ ਇੱਕ ਧਰਮ ਨੇ ਇੱਕ ਅੱਜ ਤੁਸੀਂ ਹਰ ਮੰਦਰ ਸਾਹਿਬ ਚਲੇ ਜਾਓ ਤੁਸੀਂ ਦੁਰਗਾਣਾ ਮੰਦਰ ਚਲੇ ਜਾਓ ਤੁਸੀਂ ਜਲਿਆਂਵਾਲਾ ਧਾਰਮਿਕ ਸਥਾਨ ਚਲੇ ਜਾਓ ਅੱਜ ਮੰਦਰ ਗੁਰਦੁਆਰੇ ਮਸਜਿਦ ਗਿਰਜਾ ਘਰ ਤੁਸੀਂ ਬਾਅਦ ਦੇ ਵਿੱਚ ਨਮਸਤਕੋ ਹੋਗੇ ਪਹਿਲੇ ਸਾਡੀ ਫੋਟੋ ਦੇਖੋਗੇ ਇੱਥੇ ਰਮਾਲ ਨਿਕਲੇ ਹੋਏ ਆ ਲੀਡਰਾਂ ਦੀ ਫੋਟੋ ਦੇਖੋ ਜਿੰਨਾ ਮਿੱਟੀ ਵੇਚੀ ਰੇਤ ਵੇਚੀ ਪੰਜਾਬ ਨੂੰ ਲੁੱਟਿਆ ਫਿਰ ਤੁਸੀਂ ਹਰਮੰਦਰ ਸਾਹਿਬ ਜਾਓਗੇ ਆਓ ਅੰਮ੍ਰਿਤਸਰ ਦੀ ਧਰਤੀ ਦੇਖ ਲਓ ਫੋਟੋਆਂ ਹੀ ਫੋਟੋਆਂ ਅਰੇ ਉੱਥੇ ਲਿਖੋ ਨਾ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਲਿਖੋ ਨਾ ਮਾਨਵਸ ਕੀ ਜਾਤ ਸਭ ਏਕੀ ਪਹਿਚਾਨ ਕੋ ਲਿਖੋ ਨਾ ਉਥੇ ਮਤਲਬ ਬੋਲਮੈਨ ਹੋਣੇ ਚਾਹੀਦੇ ਲਿਖੋ ਨਾ ਮੈਂ ਉਹ ਅੱਲਾ ਨੂਰ ਪਾਇਆ ਕੁਦਰਤ ਸੇ ਦਾ ਬੰਦੇ ਪੋਲਿਟਿਸ਼ੀਅਨ ਲਿਖੋ ਨਾ ਅਸੀਂ ਬਚਪਨ ਕੇ ਦੁਬਾਰਾ ਤੇ ਲਿਖਦੇ ਰਹੇ ਗੋਣੀਆਂ ਖਾਂਦੇ ਰਹੇ ਅੱਜ ਕਿਹੜਾ ਲਿਖਦਾ ਅੱਜ ਕਹਿੰਦਾ ਸਾਡੇ ਚਿਹਰੇ ਦੇਖੋ ਆਰਮਾਲ ਦੇਖੋ ਕਿੰਨਾ ਵਧੀਆ ਮੈਚਿੰਗ ਕੀਤੀ ਓਏ ਬੇਫੂਫੋ ਓਏ ਪੰਜਾਬ ਦੀ ਧਰਤੀ ਉੱਜੜ ਗਈ ਗੁਰਦਾਸ ਮਾਨ ਦਾ ਗਾਣਾ ਸੀ ਵਸ ਗਈ ਧਰਤੀ ਉੱਜੜ ਗਈ ਆਓ ਮਿਲ ਕੇ ਪਹਿਲੇ ਦੀ ਤਰ੍ਹਾਂ ਆਓ ਅਸੀਂ ਉਹਨੂੰ ਠੀਕ ਕਰੀਏ ਚਲੋ ਸਮਾਂ ਬਹੁਤ ਘੱਟ ਹੈ ਤੁਸੀਂ ਇੱਕ ਜ਼ਿਕਰ ਕੀਤਾ ਕਿ ਘੜਿਆਂ ਦੇ ਵਿੱਚੋਂ ਪਰਚੀਆਂ ਨਿਕਲਦੀਆਂ ਸੀ ਜੇਕਰ ਸਮਝਾ ਸਕੋ ਕੀ ਸੀ ਮੇਰੇ ਵਰਗੇ ਬਹੁਤ ਸਾਰੇ ਅਜਿਹੇ ਹੋਣੇ ਨੌਜਵਾਨ ਜਿਹੜੇ ਉਹ ਉਸ ਵੇਲੇ ਉਸ ਵੇਲੇ ਇਹ ਸੀ ਇਹ ਕਿੱਥੇ ਦੀ ਗੱਲ ਹੈ ਨਹੀਂ ਇਹ ਅੰਮ੍ਰਿਤਸਰ ਹਰਮੰਦਰ ਸਾਹਿਬ ਦੀ ਗੱਲ ਹੈ ਹੈਨਾ ਹੁਣ ਫਿਰ ਤੁਸੀਂ ਕਹੋਗੇ ਨਾ ਮੈਂ ਨਾਂ ਲੈ ਕੇ ਕੋਈ ਚੀਜ਼ ਨਹੀਂ ਕਰਨਾ ਉਸ ਵੇਲੇ ਜਿਹੜੇ ਵੀ ਜ਼ਿੰਮੇਵਾਰ ਲੋਕ ਸੀ ਉਸ ਵੇਲੇ ਧਰਮ ਦੀ ਪੋਲਿਟਿਕ ਕਰਦੇ ਜਿਹੜੇ ਖਾਲਸਾ ਦੇ ਨਾਅਰੇ ਲਾਉਂਦੇ ਉਹ ਪਰਚੀਆਂ ਕੱਢਦੇ ਸੀ ਤੁਸੀਂ ਪਿੰਡਰਾਂ ਵਾਲੇ ਦਾ ਜ਼ਿਕਰ ਕਰ ਰਹੇ ਹੋ ਨਾਮ ਨਹੀਂ ਲੈਣਾ ਚਾਹੁੰਦੇ ਚਲੋ ਨਹੀਂ ਮੈਨੂੰ ਡਰ ਨਹੀਂ ਨਾਮ ਲੈਣ ਦਾ ਪਰ ਤੁਸੀਂ ਕਰਦੇ ਦਿੱਲੀ ਦੇ ਵਿੱਚ ਫਲਾਣੇ ਨੂੰ ਗੋਲੀ ਮਾਰ ਦਿੱਤੀ ਜਾਵੇ ਸੰਤੋਖ ਸਿੰਘ ਨੂੰ ਗੋਲੀ ਮਾਰ ਦਿੱਤੀ ਘੜੇ ਚੋਂ ਨਿੱਕੀ ਹਾਂ ਕਰੇ ਮਾਰ ਦਿੱਤਾ ਆ ਫਲਾਣੇ ਨੂੰ ਗੋਲੀ ਮਾਰ ਦਿੱਤੀ ਤੇ ਮਾਰ ਦਿੱਤਾ ਜਾਂਦਾ ਸੀ ਉਸ ਵੇਲੇ ਅਸੀਂ ਲੜਦੇ ਸੀ ਉਸ ਵੇਲੇ ਘੜੇ ਚੋਂ ਪਰਤੀਆਂ ਨਿਕਲਦੀਆਂ ਸੀ ਫਲਾਣੇ ਨੂੰ ਮਾਰ ਦਿਓ ਇਹ ਕੋ ਮਾਨਵਤਾ ਸੀ ਮੈਨੂੰ ਦੱਸੋ ਹੂੰ ਇਹ ਮਾਨਵਤਾ ਸੀ ਸਿੱਖ ਕੌਮ ਮਾਨਵਤਾ ਦੀ ਰੱਖਿਆ ਲਈ ਬਣੇਗੀ ਕੌਣ ਸੀ ਭਾਈ ਕਨਿਆ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜਾਂ ਦੇ ਸਨ ਨਾ ਮਾਨਵਤਾ ਦੀ ਰੱਖਿਆ ਕਰਦੇ ਹੋਏ ਆਪਣੇ ਦੁਸ਼ਮਣਾਂ ਨੂੰ ਵੀ ਮਲਮ ਪੱਟੀ ਕਰਦੇ ਸੀ ਮੁਗਲਾਂ ਨੂੰ ਗੁਰੂ ਮਹਾਰਾਜ ਨੂੰ ਸ਼ਿਕਾਇਤ ਹੁੰਦੀ ਹੈ ਇਹ ਤਾਂ ਸਾਡੇ ਦੁਸ਼ਮਣਾਂ ਉਹ ਕੱਡੇ ਚ ਪਰਚੀ ਨਿਕਲਦੀ ਸੀ ਉਹ Hindu ਦੀ ਵੀ ਹੋ ਸਕਦੀ ਸੀ Sikh ਦੀ ਵੀ ਹੋ ਸਕਦੀ ਸੀ ਕਿਸੇ ਦੀ ਵੀ ਹੋ ਸਕਦੀ ਸਾਰਿਆਂ ਦੀ Hindu ਦੀ ਘੱਟ ਸੀ Sikh ਭਰਾਵਾਂ ਦੀ ਜ਼ਿਆਦਾ ਸੀ ਤੁਸੀਂ ਬਾਰ-ਬਾਰ Hindu ਦਾ ਜ਼ਿਕਰ ਕਰਦੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਇਸ ਟਾਈਮ ਦੇ ਵਿੱਚ ਜਿਹੜਾ ਤੁਸੀਂ ਜ਼ਿਕਰ ਕਰਦੇ ਹੋ ਇੰਨੇ ਹਜ਼ਾਰ Hindu ਮਾਰ ਦਿੱਤੇ ਇੱਕ ਪੈਨਿਕ ਕ੍ਰੀਏਟ ਹੁੰਦਾ ਇਸ ਦੇ ਨਾਲ Hindu ਭਾਈਚਾਰੇ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਇਸ ਨੂੰ ਸ਼ਾਇਦ ਨਹੀਂ ਕਈ ਚੀਜ਼ਾਂ ਹੁੰਦੀ ਹੈ ਨਾ ਕਿ ਨਹੀਂ ਦੇਖੋ ਸਾਡੀ ਤਾਂ ਹੀ ਆਪਾਂ ਨਹੀਂ ਦੇਖੋ ਨਹੀਂ ਉਸ ਦਿਨ ਵੀ ਤੁਸੀਂ ਗੱਲ ਕੀਤੀ ਸੀ ਮੈਂ ਕਿਹਾ ਭਾਜੀ ਪਿਛਲੇ ਇਤਿਹਾਸ ਦੇ ਪੰਨਿਆਂ ਨੂੰ ਅਸੀਂ ਨਾ ਖੋਲੀ ਠੀਕ ਹੈ ਨਾ ਪਰ ਸਮਾਜ ਨੂੰ ਦੱਸਣਾ ਤਾਂ ਪੈਗਾ ਵੀ ਜਿਹੜੇ Hindu ਭਰਾਵਾਂ ਨੂੰ ਬੇਗੁਨਾਹਾਂ ਨੂੰ ਪਿੰਡਾਂ ਦੇ ਪਿੰਡ ਤੁਸੀਂ ਖਾਲੀ ਕਰਾ ਦਿੱਤੇ ਤੁਸੀਂ ਮਾਰ ਦਿੱਤਾ ਕਿ ਉਹਨੇ ਤੁਹਾਡੇ ਤੇ ਕਦੀ ਗਿਲਾ ਕੀਤਾ ਹੂੰ ਉਹਨੇ ਕਿਹਾ ਚੱਲ ਯਾਰ ਤੁਸੀਂ ਮਾਰ ਦਿੱਤਾ ਅਸੀਂ ਫਿਰ ਅਗਲੇ ਰਸਤੇ 'ਚ ਪੰਜਾਬ ਦੀ ਅਮਨ ਸ਼ਾਂਤੀ ਦੀ ਗੱਲ ਕਰਦੇ ਆ ਤੁਸੀਂ 19000 Hindu ਭਰਾਵਾਂ ਦਾ ਕਤਲੇਆਮ ਕਰਕੇ ਸੈਕੂਲਰ ਸਿੱਖਾਂ ਦਾ ਆਮ ਲੋਕਾਂ ਦਾ ਕਤਲੇਆਮ ਕਰਕੇ ਤੁਸੀਂ ਕੀ ਸਬਕ ਸਿੱਖਿਆ ਤੁਸੀਂ ਫਿਰ ਹੁਣ ਕਹਿੰਦੇ ਹੋ ਅਸੀਂ ਪੰਜਾਬ ਤੋਂ ਇਹਨਾਂ ਨੂੰ ਪਹੁੰਚਾਵਾਂਗੇ ਇਹਨਾਂ ਨਾਲ ਤੁਸੀਂ ਰੋਟੀ ਬੇਟੀ ਦਾ ਰਿਸ਼ਤਾ ਨਾ ਰੱਖੋ ਇਹਨਾਂ ਦੀਆਂ ਦੁਕਾਨਾਂ ਤੋਂ ਸਮਾਨ ਨਾ ਲਓ ਇਹਨਾਂ ਦੇ ਜਨੈਯੂ ਦੇ ਉੱਤੇ ਤੁਸੀਂ ਗੱਲਾਂ ਕਰਦੇ ਹੋ ਹਿੰਦੂ ਤਾਂ ਬੋਲਦਾ ਹੀ ਨਹੀਂ ਮੈਂ ਹੀ ਬੋਲਦਾ ਹਿੰਦੂ ਤਾਂ ਕੋਈ ਨਹੀਂ ਬੋਲਦਾ ਕਿਹੜੇ ਹਿੰਦੂ ਨੇ ਬੋਲੇ ਆਚਾਰ ਛੱਡੋ ਗਨ ਮੈਂ ਲੈਣ ਵਾਲੇ ਛੱਡੋ ਆਮ ਹਿੰਦੂ ਦੀ ਗੱਲ ਕਰੋ ਨਹੀਂ ਫਿਰ ਇਹ ਦੂਜਾ ਦੂਜਾ ਮਤਲਬ ਇਹ ਵੀ ਹੈ ਕਿ ਤੁਸੀਂ ਉਹ ਬਸ ਇਸ ਚੀਜ਼ ਨੂੰ ਲੈ ਕੇ ਇੱਕ ਹਾਈਪ ਕਰੀਏਟ ਕਰ ਰਹੇ ਹੋ ਗਰਾਊਂਡ ਲੈਵਲ ਤੇ ਤਾਂ ਕੁਝ ਵੀ ਨਹੀਂ ਹੈ ਦੇਖੋ ਮਹੱਲਿਆਂ ਦੇ ਮਹੱਲੇ ਜਿੱਥੇ ਚਾਰ ਘਰ ਹਿੰਦੂਆਂ ਦੇ ਚਾਰ ਘਰ ਸਿੱਖਾਂ ਦੇ ਕੋਈ ਰੌਲਾ ਹੀ ਨਹੀਂ ਪੰਜਾਬ ਦੇ ਵਿੱਚ ਤੁਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹੋ ਤੇ ਲੋਕਾਂ ਨੂੰ ਦੱਸ ਰਹੇ ਹੋ ਕਿ ਨਹੀਂ ਇਹ ਪ੍ਰੋਬਲਮ ਸੀ ਬਿਲਕੁਲ ਮੇਰੀ ਗੱਲ ਸੁਣੋ ਆਪਾਂ ਇਤਿਹਾਸ ਨਹੀਂ ਦੱਸਾਂਗੇ ਜਿਉਂ ਦਸਕਤਾਂ ਦੀ ਗੱਲ ਕਰਦੇ ਬੇਗੁਨਾਹਾਂ ਦੇ ਘਾਤਨਾ ਨੂੰ ਕਹਿੰਦੇ ਛੱਡ ਦਿਓ ਤੇ ਹਿੰਦੂ ਕੋ ਭੇਡਾ ਬੱਕਰੀਆਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਉਹ ਮਰ ਕੇ ਵੀ ਨਜ਼ਾਦ ਮਾਰ ਦਿੱਤੇ ਉਹ ਮਰ ਕੇ ਵੀ ਕਹਿੰਦਾ ਸਾਡਾ ਨੌ ਮਾਸਤਾ ਰਿਸ਼ਤਾ ਹੈ ਹਰਮੰਦਰ ਸਾਹਿਬ ਸਾਡਾ ਪਵਿੱਤਰ ਹੈ ਫਿਰ ਤੁਸੀਂ ਕਹੋਗੇ ਹਰਮੰਦਰ ਸਾਹਿਬ ਦੀ ਉਹ ਜਾ ਕੇ ਨਮਸਤਕ ਕਰਦਾ ਮੈਂ ਤਾਂ ਤੁਹਾਨੂੰ ਕਹਿਣਾ 20% ਸਰਦਾਰ ਭਰਾ ਨੌਨ ਸਿੱਖ ਵਾਕੇ ਜਾਣਦੇ ਨੇ ਕਿਉਂ ਨਾ ਗੱਲ ਕਰਾਂ ਉੱਥੇ ਨਮਸਤਕ ਹੁੰਦੇ ਨੇ ਉਹ ਤਾਂ ਫਰਕ ਸਮਝਦਾ ਨਹੀਂ ਫਰਕ ਤਾਂ ਅਮਰਤ ਪਾਰ ਵਰਗੇ ਸਮਝਦੇ ਨੇ ਫਰਕ ਤਾਂ ਉਹਨਾਂ ਦੇ ਪਿੱਛੇ ਲੱਗੇ ਸਮਝਦੇ ਨੇ ਮੈਨੂੰ ਦੱਸੋ ਜਦੋਂ ਦੀਪ ਸੰਧੂ ਦੀ ਮੌਤ ਹੋਈ ਲੁਧਿਆਣਾ ਚ ਨਾਰੇ ਨਹੀਂ ਲੱਗੇ ਗੀਤਾ ਕੇ ਹਣ ਬੁਲਾਣਾ ਹੋਗਾ ਖਾਲਸਤਾਨ ਬਣਾਣਾ ਹੋਗਾ ਹੁਣ ਗੀਤਾ ਦਾ ਗੱਲ ਕਰਨਾ ਵੀ ਮੇਰੇ ਨਹੀਂ ਗੁਣਾ ਮੈਂ ਪੁੱਛਣਾ ਚਾਹੁੰਦਾ ਕਿ ਗੀਤਾ ਗਿਆਨ ਗੀਤਾ ਨੇ ਵੀ ਕੀ ਵਿਖਾੜਿਆ ਸਾਤੋਂ ਹਜ਼ਾਰਾਂ ਲੱਖਾਂ ਸਾਲ ਪੁਰਾਣਾ ਇਤਿਹਾਸ ਤੁਸੀਂ ਉਹ ਨਾਰਾ ਕਿਉਂ ਲਾਓ ਵੀ ਗੀਤਾ ਕਿਸੇ ਨੇ ਕਿਸੇ ਹਿੰਦੂ ਪੁਰਾਣੇ ਰੌਲਾ ਪਾਇਆ ਕਿਸੇ ਨੇ ਰੌਲਾ ਨਹੀਂ ਪਾਇਆ ਮੈਂ ਦੱਸਣਾ ਚਾਹੁੰਦਾ ਸਾਡਾ ਨੌਬਾਰ ਦਾ ਰਿਸ਼ਤਾ ਹੈ ਰਾਟਾ ਰੋਟੀ ਬੇਟੀ ਦਾ ਰਿਸ਼ਤਾ ਹੈ ਅਸੀਂ ਇੱਕ ਸੀ ਇੱਕ ਹਾਂ ਇੱਕ ਰਾਵਾਂਗੇ ਸਾਨੂੰ ਇਹੋ ਜੀ ਗੱਲ ਨਹੀਂ ਕਰਨੀ ਚਲੋ ਸ਼ੁਕਰੀਆ ਬਿੱਟਾ ਸਾਹਿਬ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਸਾਡੇ ਨਾਲ ਚੜ੍ਹਨ ਦੇ ਲਈ ਪੂਰੀ ਗੱਲਬਾਤ ਦੇ ਲਈ ਔਰ ਕੋਸ਼ਿਸ਼ ਕਰਾਂਗੇ ਕਿ ਇਹ ਗੱਲਬਾਤ ਅੱਗੇ ਵੀ ਇਸੇ ਤਰ੍ਹਾਂ ਆਪਾਂ ਕਰਦੇ ਰਹੀਏ ਜ਼ਰੂਰੀ ਹੁੰਦਾ ਹੈ ਕਿ ਕਈ ਵਾਰ ਇਤਿਹਾਸ ਦੇ ਪੰਨਿਆਂ ਨੂੰ ਵੀ ਮੌਜੂਦਾ ਪੀੜੀ ਤੱਕ ਪਹੁੰਚਾਣਾ ਤਾਂ ਸ਼ਾਇਦ ਤੁਹਾਡੇ ਜ਼ਰੀਏ ਹੀ ਪਹੁੰਚਣਗੇ ਜਾਂ ਤੁਹਾਡੇ ਵਰਗੀਆਂ ਜਿਹੜੀਆਂ ਸ਼ਖਸੀਅਤਾਂ ਉਹਨਾਂ ਦੇ ਜ਼ਰੀਏ ਪਹੁੰਚਣਗੀਆਂ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਚੜ੍ਹਨ ਦੇ ਲਈ ਇਸ